ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਜੀ ਦੀ ਜੁੜ ਬੈਠੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਜੀ ਬਹੁਤ ਵੱਡੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਮਾਲਕ ਨੇ ਮਨੁੱਖ ਜਾਮਾ ਬਖਸ਼ਿਸ਼ ਕੀਤਾ ਹੈ, ਉਹ ਜੀਵ ਉਹ ਮਨ ਵੱਡੇ ਭਾਗਾਂ ਵਾਲੇ ਹਨ। ਉਸ ਤੋਂ ਵੀ ਵੱਡੇ ਭਾਗ ਸਾਡੇ ਹਨ ਕਿ ਸਾਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਦੇ ਲੜ ਲਾਇਆ ਗਿਆ। ਜੋ ਆਪਾਂ ਭੁੱਲ ਚੁੱਕੇ ਹਾਂ, ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ ਹੈ। ਆਓ ਹੁਣ ਆਪਾਂ ਗੁਰਬਾਣੀ ਗੁਰੂ ਨੂੰ ਪੁੱਛੀ ਜਾਣਾ ਹੈ ਅਤੇ ਗੁਰਬਾਣੀ ਗੁਰੂ ਨੇ ਆਪਾਂ ਨੂੰ ਦੱਸੀ ਜਾਣਾ। ਆਪਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਜਦੋਂ ਦੁਨੀਆ ਨਹੀਂ ਸੀ ਬਣੀ, ਸੰਸਾਰ ਨਹੀਂ ਸੀ ਬਣਿਆ, ਉਦੋਂ ਇੱਥੇ ਕੀ ਸੀ? ਅਤੇ ਪਹਿਲੇ ਪਾਤਸ਼ਾਹ ਜੀ ਆਪਾਂ ਨੂੰ ਦੱਸ ਰਹੇ ਨੇ ਉਦੋਂ ਇੱਥੇ ਪ੍ਰਕਾਸ਼ ਹੀ ਪ੍ਰਕਾਸ਼ ਸੀ, ਮਤਲਬ ਮਾਲਕ ਹੀ ਮਾਲਕ ਸੀ। ਇੱਕ ਸਮੇਂ 'ਤੇ ਆ ਕੇ ਮਾਲਕ ਦੇ ਸੰਕਲਪ ਲਿਆ ਉਹਨਾਂ ਨੇ ਵੀ ਇੱਕ ਖੇਡ ਰਚਿਆ ਜਾਏ, ਇੱਕ ਖੇਡ ਨੂੰ ਬਣਾ ਕੇ ਦੇਖਿਆ ਜਾਏ। ਇਹ ਜੋ ਖੇਡ ਸੀ, ਮਾਲਕ ਨੇ ਕਈ ਵਾਰੀ ਬਣਾਇਆ, ਕਈ ਵਾਰੀ ਸਮਾਪਤ ਕੀਤਾ ਅਤੇ ਫਿਰ ਬਣਾਇਆ। ਉਹਦੀ ਇੱਛਾ ਹੈ, ਮਾਲਕ ਆ, ਜਦੋਂ ਮਰਜ਼ੀ ਖੇਡ ਸਮਾਪਤ ਕਰ ਦੇ ਅਤੇ ਜਦੋਂ ਮਰਜ਼ੀ ਖੇਡ ਸ਼ੁਰੂ ਕਰ ਦੇ। ਅਤੇ ਜਦੋਂ ਮਾਲਕ ਨੇ ਸੰਕਲਪ ਲਿਆ ਤਾਂ ਉਹਨਾਂ ਦੇ ਮੁੱਖ ਵਿੱਚੋਂ, ਮਤਲਬ ਕਿ ਪ੍ਰਕਾਸ਼ ਵਿੱਚੋਂ ਆਵਾਜ਼ ਆਈ। ਉਸ ਆਵਾਜ਼ ਨੂੰ ਆਪਾਂ ਗੁਰਬਾਣੀ ਦੇ ਵਿੱਚ ਸ਼ਬਦ ਕਹਿੰਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਤੇ ਖੜਾਕ ਹੁੰਦਾ ਸੀ, ਧਮਾਕਾ ਹੁੰਦਾ ਸੀ, ਉਹਨੂੰ ਕਹਿੰਦੇ ਸੀ ਸ਼ਬਦ ਹੋਇਆ। ਅਤੇ ਗੋਰਿਆਂ ਨੇ ਵੀ, ਅੰਗਰੇਜ਼ਾਂ ਨੇ ਵੀ ਕਾਢ ਕੱਢੀ, ਉਹ ਕਹਿੰਦੇ ਵੀ ਇੱਕ ਸਾਊਂਡ ਪੈਦਾ ਹੋਈ। ਅਤੇ ਉਹ ਸਾਊਂਡ ਨੂੰ ਗੁਰਬਾਣੀ ਦੇ ਵਿੱਚ ਨਾਮ ਅਤੇ ਸ਼ਬਦ ਕਿਹਾ ਗਿਆ, ਵੀ ਇੱਕ ਧਮਾਕਾ ਹੋਇਆ, ਇੱਕ ਖੜਾਕ ਹੋਇਆ। ਉਹ ਜੋ ਆਵਾਜ਼ ਸੀ ਪ੍ਰਕਾਸ਼ ਵਿੱਚੋਂ ਆਈ, ਉਹਨੂੰ ਨਾਮ ਕਹਿ ਕੇ, ਅਤੇ ਨਾਮ ਤੋਂ ਅੱਗੇ ਸੰਸਾਰ ਦੀ ਸ਼ੁਰੂਆਤ ਹੁੰਦੀ ਹੈ। ਹੁਣ ਨਾਮ ਦੇ ਉੱਪਰ ਬੜੇ ਧਿਆਨ ਦੇ ਨਾਲ ਸੁਣਨਾ, ਨਾਮ ਮਾਲਕ ਦੀ ਆਵਾਜ਼, ਅਤੇ ਨਾਮ ਦੇ ਉੱਪਰ ਸੂਖਮ ਆਕਾਰ ਦਿੱਤੇ, ਨਾਮ ਦੇ ਉੱਪਰ ਸੂਖਮ ਆਕਾਰ ਦੇ ਕੇ ਉਹਦੇ ਉੱਤੇ ਕਾਇਆਂ ਦੇ ਆਕਾਰ ਦਿੱਤੇ। ਕਹਿੰਦੇ ਸੂਖਮ ਮੂਰਤ ਨਾਮ ਨਿਰੰਜਨ ਕਾਇਆਂ ਕਾ ਆਕਾਰ। ਜੇ ਹੁਣ ਨਾਮ ਦੇ ਉੱਪਰ ਸੂਖਮ ਆਕਾਰ ਦਿੱਤਾ ਹੈ ਅਤੇ ਉਹਦੇ ਉੱਤੇ ਕਾਇਆਂ ਦਾ ਆਕਾਰ ਦਿੱਤਾ ਹੈ, ਅਤੇ ਫਿਰ ਨਾਮ ਕਿੱਥੇ ਹੋਇਆ? ਸਾਡੇ ਸਾਰਿਆਂ ਦੇ ਅੰਦਰ। ਨਾਮ ਕਿੱਥੇ ਹੋਇਆ ਜੀ? ਸਾਡੇ ਸਾਰਿਆਂ ਦੇ ਅੰਦਰ, ਜਿਸ ਨੂੰ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਹਜੇ ਵੀ ਸਮਝ ਨਹੀਂ ਲੱਗੀ? ਆਵਾਜ਼ ਚੱਲ ਰਹੀ ਆ, ਉਹ ਆਵਾਜ਼ ਹਰ ਜਗ੍ਹਾ 'ਤੇ ਆ। ਉਸ ਆਵਾਜ਼ ਦੇ ਵਿੱਚੋਂ ਜਿਵੇਂ ਹੁਣ ਆਪਾਂ ਮੰਨ ਕੇ ਚੱਲੀਏ ਵੀ ਇੱਕ ਆਪਾਂ ਮੋਟਰ ਚਲਾਈਏ, ਸੋ ਚੋਣ ਕੀਤੀ ਅਤੇ ਉਹ ਖਾਡੇ ਦੇ ਵਿੱਚ ਕੀ ਆਏਗਾ? ਖੇਲ ਕਹਿ ਲਓ, ਚਬੱਚਾ ਕਹਿ ਲਓ, ਖਾਡਾ ਕਹਿ ਲਓ, ਉਹਦੇ 'ਚੋਂ ਧਾਰ ਬੰਨ੍ਹ ਕੇ ਪਾਣੀ ਆਉਂਦਾ। ਜਦੋਂ ਪਾਣੀ ਆਉਂਦਾ ਤਾਂ ਉਹ ਕਿੰਨੇ ਬੁਲਬਲੇ ਬਣਦੇ ਆ, ਕਿੰਨੇ ਹੀ ਬੁਲਬਲੇ ਬਣਦੇ ਆ। ਉਹਨਾਂ ਬੁਲਬਲਿਆਂ ਦੇ ਵਿੱਚੋਂ ਕਈ ਤਾਂ ਉੱਥੇ ਰਹਿ ਜਾਂਦੇ ਆ ਅਤੇ ਕਈ ਥੋੜ੍ਹੀ ਦੂਰ ਜਾ ਕੇ ਦਿਸਦੇ ਨੇ, ਉਹ ਗਏ ਉੱਥੇ ਜਾ ਕੇ ਉਹ ਫਿਰ ਪਾਣੀ ਦੇ ਵਿੱਚ ਰਲ ਜਾਂਦੇ ਆ। ਇਸ ਤਰ੍ਹਾਂ ਨਾਮ ਦੇ ਉੱਪਰ ਆਕਾਰ ਦਿੱਤੇ ਜਾ ਰਹੇ ਨੇ, ਮਾਲਕ ਦੇ ਮੁੱਖ ਦੀ ਆਵਾਜ਼ ਨਾਮ ਦੇ ਉੱਪਰ ਆਕਾਰ ਦਿੱਤੇ ਜਾ ਰਹੇ ਨੇ। ਅਤੇ ਉਹ ਨਾਮ ਹਰ ਜਗ੍ਹਾ ਬਾਹਰ ਵੀ ਆ, ਅਤੇ ਸਾਡੇ ਜਿੰਨੀ ਦੇਰ ਸਾਨੂੰ ਸਾਹ ਦਿੱਤੇ ਨੇ ਉਨੀ ਦੇਰ ਉਹ ਨਾਮ ਸਾਡੇ ਸਾਰਿਆਂ ਦੇ ਅੰਦਰ ਵੀ ਆ। ਅਤੇ ਅੰਦਰ ਸਾਡੇ ਅੰਦਰ ਨਾਮ ਕਿੱਥੇ ਹੈ? ਆਹ ਜੋ ਉੱਪਰਲਾ ਏਰੀਆ ਹੈ ਸਾਡੇ ਸਿਰ ਤੋਂ ਉੱਪਰਲਾ, ਇੱਥੇ ਮਾਲਕ ਆ। ਆਪਾਂ ਨੂੰ ਸਾਡੇ ਮਨਾਂ ਨੂੰ, ਜਿਵੇਂ ਮੇਰੇ ਮਨ ਨੂੰ ਇਹ ਜਿਹੜਾ ਸਰੀਰ ਮਿਲਿਆ, ਮੇਰੀ ਬੋਡੀ ਮਿਲੀ ਆ, ਇਹ ਇੱਕ ਬ੍ਰਹਿਮੰਡ ਦਾ ਨਕਸ਼ਾ ਮਿਲਿਆ ਮੇਰੇ ਮਨ ਨੂੰ। ਤੁਹਾਡੀ ਬੋਡੀ ਤੁਹਾਡੇ ਮਨ ਨੂੰ ਨਕਸ਼ਾ ਮਿਲਿਆ। ਇਸ ਬ੍ਰਹਿਮੰਡ ਦੇ ਨਕਸ਼ੇ ਦੀ ਜਿਹੜੀ ਸਭ ਤੋਂ ਉੱਚੀ ਜਗ੍ਹਾ ਹੈ ਉਹ ਹੈਗੀ ਸਿਰ। ਉਹ ਕੀ ਹੈ ਜੀ? ਸਿਰ। ਅਤੇ ਸਿਰ ਦੇ ਉੱਪਰ ਮਾਲਕ,
ਜੋ ਮਹਾਰਾਜ ਦੀ ਬਾਣੀ 'ਚ ਸ਼ਿਓਰ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ, ਕਹਿੰਦੇ ਰੱਬ ਕੀ ਰਜਾ ਮੰਨੇ, ਰੱਬ ਕੀ ਰਜਾ ਮੰਨੇ ਸਿਰ ਉੱਪਰ ਕਰਤਾ ਮੰਨੇ। ਅਤੇ ਕਿੱਥੇ ਮੰਨਣਾ ਆਪਾਂ? ਸਿਰ ਉੱਪਰ। ਵੈਸੇ ਤਾਂ ਉਹ ਸਾਹਮਣੇ ਵੀ ਆ, ਅੱਗੇ ਵੀ ਆ, ਪਿੱਛੇ ਵੀ ਆ, ਖੱਬੇ ਵੀ ਆ, ਸੱਜੇ ਵੀ ਆ, ਉੱਪਰ ਵੀ ਆ, ਥੱਲੇ ਵੀ ਆ, ਉਹ ਤਾਂ ਸਰਵ ਵਿਆਪੀ, ਉਹ ਹਰ ਜਗ੍ਹਾ ਮੌਜੂਦ। ਲੇਕਿਨ ਅਸੀਂ ਇਸ ਨਕਸ਼ੇ ਦੀ ਜਿਹੜੀ ਉੱਚੀ ਜਗ੍ਹਾ ਹੈ ਉਹਦੇ ਤੋਂ ਉੱਪਰ ਮੰਨਣਾ, ਕਿਉਂਕਿ ਮਹਾਰਾਜ ਨੇ ਗੁਰਬਾਣੀ 'ਚ ਕਲੀਅਰ ਕਰਤਾ। ਹੁਣ ਜੋ ਮਾਲਕ ਹੈ ਉਹ ਨਿਰਾਕਾਰ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਅਤੇ ਇਹ ਜੋ ਪ੍ਰਕਾਸ਼ ਹੈ, ਜੇ ਆਪਾਂ ਇਹਨੂੰ ਦੇਖਣਾ ਹੋਵੇ ਤਾਂ ਆਪਾਂ ਧਰਤੀ ਤੋਂ ਉੱਪਰ, ਧਰਤੀ ਤੋਂ ਬਿਲਕੁਲ ਨਾਲ ਹੀ ਉੱਪਰ, ਖਾਲੀ ਖਲਾਅ ਸ਼ੁਰੂ ਹੋ ਗਿਆ ਅਤੇ ਆਕਾਸ਼ ਤੱਕ ਆ। ਕਿੱਥੋਂ ਤੱਕ ਆ ਜੀ? ਆਕਾਸ਼ ਤੱਕ। ਅਤੇ ਵੈਸੇ ਅਸੀਂ ਇੱਧਰੋਂ ਦੇਖਣਾ ਹੋਵੇ ਆਪਦੇ ਮਨ ਵੱਲੋਂ ਤਾਂ ਉਹ ਖਾਲੀ ਖਲਾਅ ਇੱਥੋਂ ਅੱਖਾਂ ਤੋਂ ਸ਼ੁਰੂ ਹੋ ਗਿਆ, ਆਹ ਹੈ ਨਾ। ਇੱਥੋਂ ਹੀ ਅਸੀਂ ਧਰਤੀ ਤੋਂ ਉੱਪਰ ਦੇਖਦੇ ਹਾਂ, ਇੱਥੋਂ ਹੀ ਸਾਹਮਣੇ ਦੇਖਦੇ ਹਾਂ, ਇੱਥੋਂ ਹੀ ਐਂ ਦੇਖਦੇ ਹਾਂ, ਐਂ ਦੇਖਦੇ ਹਾਂ। ਸਮਝ ਲੱਗੀ ਜੀ? ਹੁਣ ਇਹਦੇ ਵਿੱਚ ਖਾਲੀ ਖਲਾਅ ਨੂੰ ਗੁਰਬਾਣੀ ਵਿੱਚ ਸੱਚਖੰਡ ਕਿਹਾ ਗਿਆ। ਇਹਦੇ ਵਿੱਚ ਮਾਲਕ ਵੱਸਦਾ ਹੈ, ਸੱਚਖੰਡ ਵਸੇ ਨਿਰੰਕਾਰ। ਅਤੇ ਇਹਦੇ ਵਿੱਚ ਮਾਇਆ ਵੀ ਹੈ, ਇਹਦੇ ਵਿੱਚ ਪੌਣ ਪਾਣੀ ਅੱਗ ਮਾਇਆ ਵੀ ਹੈ, ਅਤੇ ਇਹਦੇ ਵਿੱਚ ਦ੍ਰਿਸ਼ਟਮਾਨ ਮਾਇਆ ਵੀ ਹੈ। ਦ੍ਰਿਸ਼ਟਮਾਨ ਮਾਇਆ ਸਰੀਰ, ਕੱਪੜਾ, ਲੀੜਾ, ਬਿਲਡਿੰਗਾਂ, ਇਹ ਸਾਰਾ ਜੋ ਦਿਸਦਾ, ਫਸਲਾਂ, ਦਰਖਤ, ਪਹਾੜ, ਨਦੀਆਂ, ਨਾਲੇ, ਇਹ ਸਾਰੀ ਦ੍ਰਿਸ਼ਮਾਨ ਮਾਇਆ। ਅਤੇ ਇੱਕ ਹੈਗੀ ਸੂਖਮ ਮਾਇਆ। ਹੁਣ ਇਸ ਖਾਲੀ ਖਲਾਅ ਦੇ ਵਿੱਚ ਆਪਣੇ ਸਰੀਰ ਨੇ, ਅਤੇ ਸਰੀਰ ਇੱਥੋਂ ਸ਼ੁਰੂ ਹੋ ਗਿਆ, ਇੱਥੋਂ ਸ਼ੁਰੂ ਹੋ ਗਿਆ, ਵੈਸੇ ਤਾਂ ਇੱਥੋਂ ਆ, ਉੱਚੀ ਟੀ ਸੀ ਆ ਆਪਣੀ, ਲੇਕਿਨ ਆਪਾਂ ਇੱਥੋਂ ਚੱਲਦੇ ਹਾਂ। ਇੱਥੋਂ ਉੱਪਰ ਮਾਲਕ ਆ, ਉਹਦੀ ਆਵਾਜ਼, ਜੋ ਮਾਲਕ ਦੀ ਆਵਾਜ਼ ਆ, ਸਾਊਂਡ ਆ, ਉਹ ਐਂ ਆ ਰਹੀ ਆ। ਉਹ ਨਾਮ ਧੁਨ ਸਾਡੇ ਇੱਥੇ ਦਸਵਾਂ ਦੁਆਰ ਆ, ਇਹ ਨਹੀਂ ਗਾ ਦਸਵਾਂ ਦੁਆਰ। ਜੋ ਅਸੀਂ ਅੱਖਾਂ ਬੰਦ ਕਰਕੇ ਇਹਦੇ ਅੱਗੇ ਅਤੇ ਇਹਦੇ ਅੰਦਰ ਪਿੱਛੇ ਨੂੰ ਸਪੇਸ ਦੇਖਦੇ ਹਾਂ, ਜੋ ਸੁਣ ਦੇਖਦੇ ਹਾਂ, ਜੋ ਹਨੇਰਾ ਦਿਸਦਾ ਹੈ ਫਿੱਕਾ ਜਿਹਾ, ਇਹ ਹੈ ਦਸਵਾਂ ਦੁਆਰ। ਨੇਤਰਾਂ ਤੋਂ ਉੱਪਰ ਅਤੇ ਇੱਧੂ ਥੱਲੇ, ਇਹ ਦਸਵਾਂ ਦੁਆਰ। ਕੋਠੜੀ, ਮਕਾਨ ਮੈਨੂੰ ਵੀ ਦਿੱਤਾ ਬਣਾ ਕੇ, ਅਤੇ ਤੁਹਾਨੂੰ ਵੀ ਦਿੱਤਾ ਬਣਾ ਕੇ, ਸਾਰੇ ਸੰਸਾਰ ਦੇ ਮਨਾਂ ਨੂੰ ਬਣਾ ਕੇ ਦਿੱਤਾ। ਹੁਣ ਇਸ ਤੋਂ ਅੱਗੇ ਚੱਲੀਏ, ਇਹਦੇ ਵਿੱਚ ਨਾਮ, ਇੱਥੇ ਮਾਲਕ, ਮਾਲਕ ਦੀ ਆਵਾਜ਼, ਨਾਮ ਇੱਥੇ, ਉਹਨੂੰ ਆਤਮਾ ਸ਼ਬਦ, ਜਿਵੇਂ ਅਪਰਾਧ ਵੀ ਦੱਸਿਆ ਸੀ, ਸ਼ਿਵ ਵੀ ਕਿਹਾ ਗਿਆ। ਅਤੇ ਮਨ ਕਿੱਥੇ ਆਇਆ? ਮਨ ਇੱਥੇ ਆਇਆ। ਜਦੋਂ ਇੱਥੇ ਆਇਆ ਤਾਂ ਕਿਹਦੇ ਨਾਲ ਟੱਚ ਹੋਇਆ? ਇਹਦੇ ਨਾਲ ਪੌਣ ਲੱਗ ਗਈ, ਸਵਾਸ ਦੇ ਨਾਲ ਲੱਗਿਆ। ਜਦੋਂ ਸਵਾਸ ਦੇ ਨਾਲ ਟੱਚ ਹੋਇਆ ਤਾਂ ਮਾਲਕ ਨੂੰ ਭੁੱਲ ਗਿਆ। ਮਹਾਰਾਜ ਦੀ ਬਾਣੀ 'ਚ ਦੱਸਿਆ, ਲਾਗਤ ਪਵਨ ਖਸਮ ਵਸਾਰਿਓ। ਕਿਵੇਂ ਭੁੱਲ ਗਿਆ? ਜਦੋਂ ਪੌਣ ਨਾਲ ਮਿਲਿਆ ਅਤੇ ਪੌਣ ਦੁਆਰਾ ਨੌਂ ਦਰਵਾਜ਼ੇ ਪ੍ਰਗਟ ਹੋ ਗਏ, ਦਸਵਾਂ ਬੰਦ ਹੋ ਗਿਆ। ਕਿਹਦੇ ਨਾਲ ਨੌਂ ਦਰਵਾਜ਼ੇ ਖੁੱਲਦੇ ਜੀ? ਪੌਣ ਦੁਆਰਾ। ਪੌਣ ਨੌਂ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵ ਨੇ, ਇੱਕ ਨਾਲ ਦਸਵਾਂ ਦੁਆਰ ਦਿਖਾਇਆ। ਹੁਣ ਇਹ ਜੋ ਆਪਣਾ ਮਨ ਸੰਸਾਰ ਦਾ ਖੇਡ ਖੇਡਦਾ ਹੈ, ਉਹ ਸੰਸਾਰ ਦਾ ਜਿਹੜਾ ਖੇਡ ਖੇਡਦਾ ਹੈ, ਲੋਕ ਦਾ ਜਿਹੜਾ ਖੇਡ ਖੇਡਦਾ ਹੈ, ਲੋਕ ਦੇ ਵਿੱਚ ਰਹਿ ਰਿਹਾ ਹੈ, ਉਹ ਇੱਥੋਂ ਥੱਲੇ ਅਲੱਗ ਆ, ਇੱਥੋਂ ਥੱਲੇ ਅਲੱਗ। ਠੀਕ ਹੈ ਜੀ? ਹੁਣ ਲੋਕ ਅਤੇ ਪਰਲੋਕ ਦੋ ਸ਼ਹਿਰ ਵਸਾਏ ਨੇ ਮਾਲਕ ਨੇ। ਲੋਕ ਦਾ ਸਾਨੂੰ ਗਿਆਨ ਸਾਰਾ ਆ ਗਿਆ, ਲੇਕਿਨ ਪਰਲੋਕ ਦਾ ਗਿਆਨ ਨਹੀਂ ਆਇਆ। ਅਤੇ ਜੋ ਪ੍ਰਲੋਕ ਦੇ ਵਿੱਚ ਐਕਟੀਵਿਟੀ ਹੁੰਦੀ ਉਹ ਸੱਚੀ ਹੁੰਦੀ ਹੈ, ਉਹ ਸੱਚੀ ਮੁੱਚੀ ਹੁੰਦੀ ਹੈ, ਲੇਕਿਨ ਉਹ ਉੱਧਰਲਾ ਖੇਡ ਆ। ਜਦੋਂ ਉੱਧਰੋਂ ਇੱਧਰ ਆਉਂਦਾ ਮਨ ਸਾਡਾ, ਉਹ ਭੁੱਲ ਜਾਂਦਾ। ਜਦੋਂ ਇੱਧਰੋਂ ਉੱਧਰ ਜਾਂਦਾ ਤਾਂ ਇਹ ਭੁੱਲ ਜਾਂਦਾ। ਜਦੋਂ ਉੱਧਰੋਂ ਇੱਧਰ ਆਉਂਦਾ ਤਾਂ ਉਹਨੂੰ ਕਹਿੰਦਾ ਜੀ ਸੁਪਨਾ ਆਇਆ ਸੀ, ਅਤੇ ਉਹ ਕਿਸੇ ਨੂੰ ਦੱਸਦਾ, ਉਹ ਕਹਿੰਦਾ ਜੀ ਸੁਪਨਾ ਤਾਂ ਝੂਠ ਹੁੰਦਾ, ਸੁਪਨੇ ਵਾਲੀਆਂ ਗੱਲਾਂ ਝੂਠ ਹੁੰਦੀਆਂ ਨੇ। ਉਹ ਝੂਠ ਨਹੀਂ ਹੁੰਦੀਆਂ, ਉਹ ਪ੍ਰਲੋਕ ਦਾ ਖੇਡ ਆ। ਪ੍ਰਲੋਕ ਦੇ ਵਿੱਚ ਸਾਡਾ ਕਹਿੰਦੇ ਨਾਲ ਕੀ ਲਿੰਕ ਆ, ਉਹ ਉੱਧਰਲਾ ਵੱਖਰਾ ਹੈ, ਇੱਧਰਲਾ ਵੱਖਰਾ ਹੈ।
ਉਧਰ ਗਾਂ ਜਾ ਕੇ ਉਸ ਤੋਂ ਵੀ ਅੱਗੇ ਜਾ ਕੇ ਸੁਰਤੀਆਂ ਦਾ ਮੇਲ ਆ। ਕਿੰਦਾ ਮੇਲ ਆ ਜੀ? ਸੁਰਤੀਆਂ ਦਾ, ਆਪਸ ਵਿੱਚ ਸਹਿਯੋਗ ਆ। ਅਤੇ ਹੁਣ ਗੁਰਮੁਖ ਪਿਆਰਿਓ, ਆਪਾਂ ਇਸ ਇਲਾਕੇ ਦੇ ਵਿੱਚੋਂ ਜਦੋਂ ਨਿਕਲਣਾ ਹੈ ਤਾਂ ਸਾਰੇ ਜਾਣੇ ਸੋਚ ਕੇ ਦੱਸੋ ਵੀ ਕਿਹਨੂੰ ਛੱਡਣਾ ਪਊਗਾ। ਸਰੀਰ ਨੂੰ ਛੱਡਣਾ ਪਏਗਾ। ਕਿਹਨੂੰ ਛੱਡਣਾ ਪਏਗਾ ਜੀ? ਇਹ ਸਰੀਰ ਜਿਹੜਾ ਦ੍ਰਿਸ਼ਮਾਨ, ਇਹਨੂੰ ਛੱਡਣਾ ਪਏਗਾ। ਅਤੇ ਉਹ ਗੱਲ ਠੀਕ ਹੈ, ਜਦੋਂ ਇਹਨੂੰ ਛੱਡਾਂਗੇ ਤ੍ਰੈਗੁਣ ਵੀ ਛੱਡੇ ਗਏ, ਠੀਕ ਹੈ ਨਾ ਜੀ? ਸੰਸਾਰ ਛੱਡਤਾ। ਇਹ ਸਰੀਰ ਨੂੰ ਛੱਡਣਾ ਆਪਾਂ ਪਹਿਲਾਂ, ਹੁਣ ਇਹ ਸਰੀਰ ਨੂੰ ਛੱਡਣ ਵਾਸਤੇ ਅਸੀਂ ਗੁਰਮੰਤਰ ਦ੍ਰਿੜ ਕਰਦੇ ਹਾਂ। ਕਿਉਂ? ਉਹ ਇਸ ਲਈ ਕਰਦੇ ਹਾਂ ਕਿ ਜਿਹੜਾ ਸਾਡਾ ਮਨ ਵਿਚਾਰਾਂ 'ਚ ਆ, ਖਿਆਲਾਂ 'ਚ ਆ, ਸੋਚਾਂ 'ਚ ਆ, ਉਹ ਇੱਧਰ ਨੂੰ ਜਾ ਹੀ ਨਹੀਂ ਰਿਹਾ, ਉਹ ਵਿਚਾਰਾਂ 'ਚ ਹੀ ਘੁੰਮੀ ਜਾ ਰਿਹਾ। ਵੀ ਉਹ ਜਿਹੜੇ ਵਿਚਾਰ ਨੇ ਉਹ ਮਨ ਡੈੱਡ ਕਰ ਲਵੇ, ਉਹ ਵਿਚਾਰਾਂ ਨੂੰ ਤੋਂ ਵਿਚਾਰਾਂ ਤੋਂ ਅਤੀਤ ਹੋ ਜਾਵੇ। ਇਸ ਕਰਕੇ ਆਪਾਂ ਵਾਹਿਗੁਰੂ ਇਸ ਲੋਕ ਦੀ ਭਾਸ਼ਾ ਦੇ ਸ਼ਬਦ ਦਾ ਇਸਤੇਮਾਲ ਕਰਦੇ ਹਾਂ। ਇੱਕ ਤਾਂ ਇਹ ਦ੍ਰਿਸ਼ਮਾਨ ਇਲਾਕੇ ਦੇ ਵਿੱਚੋਂ ਨਿਕਲਣ ਲਈ, ਆ ਸਰੀਰ ਨੂੰ ਛੱਡਣ ਵਾਸਤੇ ਆਪਾਂ ਵਾਹਿਗੁਰੂ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਅਤੇ ਕਰਨਾ ਵੀ ਆ। ਇਸ ਤੋਂ ਅੱਗੇ ਹੈਗਾ ਸੂਖਮ ਸਰੀਰ, ਸੂਖਮ ਆਕਾਰ। ਫਿਰ ਅਸੀਂ ਉਹ ਸੂਖਮ ਆਕਾਰ ਛੱਡਣਾ, ਫਿਰ ਉਹ ਸੂਖਮ ਆਕਾਰ ਛੱਡਣਾ। ਫਿਰ ਜਦੋਂ ਮਨ ਨੇ ਆ ਆਕਾਰ ਛੱਡਿਆ, ਫਿਰ ਸੂਖਮ ਆਕਾਰ ਛੱਡਿਆ, ਅਤੇ ਫਿਰ ਕੀ ਰਹਿ ਗਿਆ? ਇਕੱਲਾ ਮਨ। ਕੀ ਰਹਿ ਗਿਆ ਜੀ? ਇਕੱਲਾ ਮਨ। ਉਸ ਮਨ ਨੇ ਭਗਤੀ ਕਰਨੀ ਹੈ। ਭਗਤੀ ਕਿਹਨੇ ਕਰਨੀ ਹੈ? ਮਨ ਨੇ। ਲੇਕਿਨ ਇਸ ਇਲਾਕੇ 'ਚੋਂ ਨਿਕਲਣ ਵਾਸਤੇ ਕੋਈ ਨਾ ਕੋਈ ਤਾਂ ਸਾਨੂੰ ਸਾਧਨ ਅਪਣਾਉਣਾ ਹੀ ਪਏਗਾ ਨਾ। ਜਿਵੇਂ ਉਦਾਹਰਣ ਦਿੱਤੀ ਜਾਂਦੀ ਸੀ, ਕਹਿੰਦੇ ਵੀ ਨਹਿਰ ਦੇ ਵਿੱਚ ਕੋਈ ਚੀਜ਼ ਰਿੜੀ ਜਾਂਦੀ ਹੈ, ਤੁਸੀਂ ਨਾਲ ਨਾਲ ਭੱਜੇ ਜਾਓ, ਉਹ ਗਾਂ ਦੀ ਗਾਂ ਤੁਰੀ ਜਾਏਗੀ। ਭੱਜੇ ਚਲੋ, ਉਹਨੇ ਪਕੜ 'ਚ ਨਹੀਂ ਆਉਣੀ। ਅਤੇ ਜੋ ਤੁਸੀਂ ਉਹਨੂੰ ਪਕੜਨਾ ਚਾਹੁੰਦੇ ਹੋ, ਉਹਨੂੰ ਨਹਿਰ ਦੇ ਵਿੱਚ ਵਹਿੰਦੀ ਜਾਂਦੀ ਨੂੰ ਤੁਸੀਂ ਫੜਨਾ ਚਾਹੁੰਦੇ ਹੋ, ਤਾਂ ਤੁਹਾਨੂੰ ਅੱਗੇ ਥੋੜ੍ਹਾ ਜਿਹਾ ਵੱਧ ਕੇ ਅੱਗੇ ਕੋਈ ਸੋਟੀ ਜਾਂ ਕੋਈ ਫੱਟੀ ਲਾਉਣੀ ਪਊਗੀ, ਅਤੇ ਉਹ ਰੁਕ ਜਾਏਗੀ ਅਤੇ ਤੁਸੀਂ ਉਹਨੂੰ ਫੜ ਲਉਂਗੇ। ਇਸੇ ਤਰ੍ਹਾਂ ਸਾਡਾ ਮਨ ਜਿਹੜਾ ਹੈ ਇਹ ਰਿੜਿਆ ਜਾ ਰਿਹਾ ਹੈ, ਗਾਂ ਦੀ ਗਾਂ ਗਾਂ ਦੀ ਗਾਂ। ਇਹਨੂੰ ਰਿੜੇ ਜਾਂਦੇ ਨੂੰ ਸਪੋਰਟ ਲਾਉਣੀ ਆ ਵੀ ਰੁਕ ਜਾ, ਇਹਨੂੰ ਰੋਕਣਾ ਹੈ। ਅਤੇ ਰੋਕਣ ਵਾਸਤੇ ਸਾਧਨ ਦਿੱਤਾ ਮਹਾਰਾਜ ਨੇ ਆਪਾਂ ਨੂੰ, ਵਾਹਿਗੁਰੂ ਵਾਹਿਗੁਰੂ। ਵਾਰ ਵਾਰ ਰਿਪੀਟ ਕਰਾਂਗੇ। ਅਤੇ ਮਨ ਜਿਹੜਾ ਇੱਧਰ ਉੱਧਰ ਦਹਿਦਿਸ਼ ਉੱਡਿਆ ਫਿਰਦਾ ਸੀ, ਉਹਦੇ ਤੋਂ ਇਹਨੂੰ ਰਾਹਤ ਮਿਲ ਜਾਏਗੀ। ਇੱਧਰ ਉੱਧਰ ਨਹੀਂ ਜਾਏਗਾ, ਇੱਕ ਜਗ੍ਹਾ 'ਤੇ ਟਿਕੇਗਾ। ਜਦੋਂ ਇਹ ਟਿਕੇਗਾ ਫਿਰ ਇਸ ਇਲਾਕੇ ਨੂੰ ਇਹ ਛੱਡਣਾ ਚਾਹੇਗਾ, ਆ ਝੂਠੇ ਇਲਾਕੇ ਨੂੰ ਇਹ ਛੱਡਣਾ ਚਾਹੇਗਾ। ਜਦੋਂ ਇਹਨੂੰ ਛੱਡਣਾ ਹੀ ਪੈਣਾ, ਤਾਂ ਹੁਣ ਤੁਸੀਂ ਇਹ ਦੱਸੋ ਵੀ ਆਪਾਂ ਇਹ ਇਲਾਕੇ ਨੂੰ ਸਟਾਰਟਿੰਗ ਦੇ ਵਿੱਚ ਹੀ ਛਡਾਉਂਦੇ ਹਾਂ, ਨਾਲੇ ਸਿਮਰਨ ਕਰਦੇ ਹਾਂ, ਨਾਲੇ ਛਡਾਉਂਦੇ ਹਾਂ, ਕਿਵੇਂ? ਆਪਾਂ ਕਹਿੰਦੇ ਹਾਂ ਵੀ ਨੇਤਰ ਬੰਦ ਕਰੋ, ਉਹ ਤਾਂ ਅੱਖਾਂ ਖੋਲ੍ਹ ਕੇ ਵੀ ਕਰ ਸਕਦੇ ਹਾਂ ਅਤੇ ਨੇਤਰ ਬੰਦ ਕਰਕੇ ਵੀ ਕਰ ਸਕਦੇ ਹਾਂ। ਨੇਤਰ ਬੰਦ ਕਰਕੇ ਜਿਹੜਾ ਮਨ ਨੇਤਰਾਂ ਦੇ ਵਿੱਚ ਅੱਧਾ ਅੱਧੀ ਜੋਤ ਇੱਧਰ ਆਈ ਅੱਧੀ ਇੱਧਰ ਆਈ, ਉਹਨੂੰ ਇੱਥੋਂ ਅਸੀਂ ਇੱਕ ਕਰਕੇ, ਮਨ ਇੱਥੇ ਆ ਗਿਆ ਨੇਤਰਾਂ 'ਚੋਂ, ਅਤੇ ਆਹ ਜਿਹੜਾ ਚੰਮ ਦਾ ਸਰੀਰ ਸੀ ਕਿੱਥੇ ਰਹਿ ਗਿਆ? ਅਸੀਂ ਇਹਨੂੰ ਪਿੱਛੇ ਛੱਡਤਾ ਅਤੇ ਮਨ ਇੱਥੇ ਆ ਗਿਆ ਨਾ ਜੀ ਇੱਥੇ। ਇਹ ਸੁਣਨਾ, ਇਹ ਕੀ ਆ ਜੀ? ਸੁਣਨਾ, ਇਹ ਮਨ ਦਾ ਘਰ ਆ। ਸੁਣ ਕੀ ਆ? ਮਨ ਦਾ ਘਰ ਆ। ਹੁਣ ਇੱਥੇ ਮਨ ਦਾ ਅਸੀਂ ਆਸਣ ਬੰਨਦੇ ਹਾਂ। ਕੀ ਬੰਨਦੇ ਹਾਂ ਜੀ? ਆਸਣ ਬੰਨਦੇ ਹਾਂ। ਧਿਆਨ ਕਹਿੰਦੇ ਚਲਾਉਂਦੇ ਹਾਂ? ਧਿਆਨ ਅਸੀਂ ਧੁੰਨ ਚਲਾਉਂਦੇ ਹਾਂ। ਕਹਿੰਦੇ ਚਲਾਉਂਦੇ? ਧੁੰਨ ਮੀਨਸ ਆਵਾਜ਼ ਨੂੰ ਸੁਣਦੇ ਹਾਂ, ਅਤੇ ਜਦੋਂ ਬੋਲ ਕੇ ਸੁਣਦੇ ਹਾਂ, ਜੇ ਸੁਣਦੇ ਹਾਂ ਤਾਂ ਧੁੰਨ ਵਿੱਚ ਧਿਆਨ ਹੈਗਾ, ਅਤੇ ਜੇ ਨਹੀਂ ਸੁਣਦੇ ਤਾਂ ਧੁੰਨ ਵਿੱਚ ਧਿਆਨ ਨਹੀਂ ਹੈਗਾ। ਬੈਠੇ ਰਹੋ ਲੱਖ, ਪਰ ਗੱਲ ਨਹੀਂ ਬਣਨੀ। ਅਤੇ ਜਦੋਂ ਅਸੀਂ ਧੁੰਨ ਦੇ ਵਿੱਚ ਧਿਆਨ ਲਾ ਕੇ ਮਨ ਦਾ ਇੱਥੇ ਆਸਣ ਬੰਨਦੇ ਹਾਂ, ਜਿਵੇਂ ਆ ਸਰੀਰ ਦਾ ਆਸਣ ਬੰਨੇ ਆਪਾਂ, ਕੋਈ ਚੌਂਕੜੀ ਮਾਰ ਕੇ ਬੈਠਾ, ਇਹ ਕਹਿੰਦਾ ਆਸਣ, ਆ ਤਨ ਦਾ ਜਿਹੜਾ ਬੋਡੀ ਆ ਇਹਦਾ ਆਸਣ ਬੰਨਿਆ ਆਪਾਂ, ਕੋਈ ਕੁਰਸੀ 'ਤੇ ਬੈਠਾ,
ਕੁਝ ਥੱਲੇ ਚੌਂਕੜੀ ਮਾਰ ਕੇ ਬੈਠਾ ਅਤੇ ਇੱਧਰ ਆਪਾਂ ਕਹਿੰਦਾ ਆਸਣ ਬਣਾਉਣਾ ਮਨ ਦਾ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੱਸਿਆ ਗਿਆ ਕਿ ਸਾਡੇ ਸਰੀਰ ਦੇ ਵਿੱਚ ਦੋ ਸਿਰੇ ਦਿਖਾਏ ਗਏ, ਜਿਹਨੂੰ ਆਪਾਂ ਕਹਿੰਦੇ ਹਾਂ ਦੋ ਸਿਰਿਆਂ ਕਾ ਆਪ ਸਵਾਮੀ, ਖੇਲੇ ਵਿਖਸੇ ਅੰਤਰਜਾਮੀ। ਹੁਣ ਬਹੁਤ ਵੱਡਾ ਇੱਕ ਭੁਲੇਖਾ ਹੈ, ਅਸੀਂ ਨਾਭੀ ਦੇ ਉੱਤੇ ਕਈ ਕਹਿੰਦੇ ਧਿਆਨ ਲਾਓ, ਨਾਭੀ 'ਤੇ ਧਿਆਨ ਨਹੀਂ ਲਾਉਣਾ, ਨਾਭੀ 'ਤੇ ਆਸਣ ਲਾਉਣਾ ਮਨ ਦਾ, ਅਤੇ ਧਿਆਨ ਉੱਥੇ ਸ਼ਬਦਾਂ 'ਚ ਲਾਉਣਾ, ਅਨਹਦ ਸ਼ਬਦਾਂ 'ਚ। ਅਤੇ ਅਨਹਦ ਸ਼ਬਦ ਨੇ ਮਾਲਕ ਦੀ ਆਵਾਜ਼ ਨੇ ਸਾਨੂੰ ਸਾਡੀ ਸੁਰਤੀ ਨੂੰ ਖਿੱਚ ਕੇ ਉੱਪਰ ਲੈ ਕੇ ਜਾਣਾ ਕਿ ਨਾਭੀ ਪੱਟ ਕੇ ਉੱਥੇ ਚਲੀ ਜਾਓ। ਨਾਭੀ ਤਾਂ ਨਹੀਂ ਜਾਏਗੀ, ਸ਼ਬਦ ਨੇ ਲੈ ਕੇ ਜਾਣਾ ਸਾਨੂੰ। ਗੱਲ ਸਮਝਿਆ ਜੇ ਧਿਆਨ ਨਾਲ, ਇਹ ਵੀ ਆਪਾਂ ਭੁਲੇਖਾ ਕੱਢਣਾ। ਅਤੇ ਇੱਥੇ ਕਈ ਗੁਰਮੁਖ ਕਹਿੰਦੇ ਜੀ ਧਿਆਨ ਲਾਓ, ਨਾਭ ਪਵਨ ਘਰ ਆਸਣ ਬੈਸੇ, ਆਸਣ ਕਿਹਾ ਉਹਨਾਂ ਨੇ ਨਾ ਕਿ ਧਿਆਨ ਕਿਹਾ। ਅਤੇ ਧਿਆਨ ਉਦੋਂ ਅੱਗੇ ਦੱਸਿਆ ਵੀ ਉਹ ਸ਼ਬਦਾਂ ਦੇ ਵਿੱਚ ਰੱਖਣਾ। ਹੁਣ ਆਪਾਂ ਕੀ ਕਰਨਾ ਹੈ, ਆਪਾਂ ਆਹ ਸਰੀਰ ਤੋਂ ਆਹ ਸਿਰਾ ਵੀ ਅਤੇ ਆਹ ਸਿਰਾ ਵੀ ਦੋਨੇ ਸਿਰੇ ਛੁਡਾ ਦੇਣੇ ਆ, ਅਤੇ ਕਿੱਥੇ ਆ ਜਾਣਾ, ਇੱਥੇ ਆ ਜਾਣਾ, ਆ ਖਾਲੀ ਖਲਾਅ ਦੇ ਵਿੱਚ। ਜਦੋਂ ਪੰਜ ਪਿਆਰੇ ਆਪਾਂ ਨੂੰ ਵਿਧੀ ਲਵਾਉਂਦੇ ਇੱਥੇ ਲਵਾਉਂਦੇ ਆ, ਇੱਥੇ ਫਿਰ ਅਸੀਂ ਸਰਗੁਣ ਆਕਾਰ ਨੂੰ ਦੇਖਦੇ ਹੋਏ ਨਾਲ ਨਿਰਗੁਣ ਆਕਾਰ ਦੇਖਦੇ ਹਾਂ, ਐਂ ਹੁੰਦਾ ਨਾ, ਅਤੇ ਫਿਰ ਹੌਲੀ ਹੌਲੀ ਉਹ ਦੋਨੋਂ ਦਿਸ ਨੂੰ ਹਟ ਜਾਂਦੇ ਆ। ਅਤੇ ਜਦੋਂ ਦੋਨੋਂ ਦਿਸ ਨੇ ਹਟ ਗਏ ਤਾਂ ਉੱਥੇ ਕੀ ਰਹਿ ਗਿਆ, ਸ਼ੀਸ਼ਾ। ਕੀ ਰਹਿ ਗਿਆ ਜੀ, ਸ਼ੀਸ਼ਾ। ਇਸ ਲੈਵਲ 'ਚ ਜੇ ਦੇਖਾਂਗੇ ਉਹ ਮਨ, ਇਸ ਲੈਵਲ 'ਚ ਜੇ ਦੇਖਾਂਗੇ ਤਾਂ ਉਹ ਮਨ, ਜਦੋਂ ਇਸ ਲੈਵਲ 'ਚ ਦੇਖਾਂਗੇ ਉਹ ਆਤਮਾ। ਮਨ ਨੇ ਇੱਥੋਂ ਇਹਨੂੰ ਦੇਖਣਾ, ਆਤਮਾ ਰੂਪ ਹੋ ਕੇ ਸ਼ਬਦ ਰੂਪ ਹੋ ਕੇ ਫਿਰ ਇਹਨੇ ਗਾਂ ਮਾਲਕ ਕੋਲ ਉੱਪਰ ਵੱਡਾ ਸਾਹਿਬ ਉੱਚਾ ਥਾਂ ਉੱਥੇ ਜਾਣਾ। ਇਹ ਪ੍ਰੋਪਰ ਸਟੈਪ ਬਾਏ ਸਟੈਪ ਆਪਾਂ ਨੂੰ ਇੱਕ ਰਸਤਾ ਬਣਾ ਕੇ ਦਿੱਤਾ। ਅਤੇ ਹੁਣ ਇਹ ਸਰੀਰ ਛੱਡਿਆ ਆਪਾਂ, ਚੰਮ ਦਾ ਸਰੀਰ ਛੱਡਿਆ ਸਿਮਰਨ ਕਰਕੇ, ਬਾਣੀ ਦੇ ਵਿੱਚ ਬਹੁਤ ਵਿਧੀਆਂ ਦੱਸੀਆਂ, ਬਹੁਤ ਵਿਧੀਆਂ। ਕਈ ਗੁਰਮੁਖ ਕਹਿੰਦੇ ਜੀ ਸਿਮਰਨ ਕਰਨ ਦੀ ਲੋੜ ਨਹੀਂ, ਤੁਹਾਨੂੰ ਸਿੱਧਾ ਹੀ ਬੈਠ ਜਾਓ, ਧਿਆਨ 'ਚ ਮਨ ਨੇ ਭਗਤੀ ਕਰਨੀ ਹੈ। ਅਤੇ ਹੁਣ ਜੇ ਸਾਡੇ ਮਨ ਨੂੰ ਇਹ ਸਰੀਰ ਮਿਲਿਆ ਹੈ, ਮਿਲਿਆ ਨਾ ਜੀ, ਇਹ ਵੀ ਆਕਾਰ ਮਿਲਿਆ, ਅਤੇ ਅਸੀਂ ਪਹਿਲਾਂ ਮਨ ਨੂੰ ਪਹਿਲਾਂ ਇਹ ਆਕਾਰ ਛਡਾਉਣਾ, ਉਨੀ ਦੇਰ ਜਿੰਨੀ ਦੇਰ ਅਸੀਂ ਧਿਆਨ 'ਚ ਬੈਠਣਾ ਭਗਤੀ ਕਰਨੀ, ਦੁਬਾਰਾ ਫਿਰ ਮਨ ਨੇ ਸਰੀਰ ਵਿੱਚ ਆ ਕੇ ਕਾਰਜ ਕਰਨਾ, ਚਾਹੇ ਖਾਣਾ ਹੀ ਖਾਣਾ, ਪਾਣੀ ਹੀ ਪੀਣਾ, ਸਰੀਰ 'ਚ ਤਾਂ ਆਉਣਾ ਪਊਗਾ ਨਾ। ਅਤੇ ਜਦੋਂ ਤੁਸੀਂ ਸਰੀਰ ਛੱਡ ਕੇ ਬੈਠੇ ਹੋਵੋਗੇ, ਤੁਹਾਡੇ ਜੋ ਮਰਜ਼ੀ ਇੱਥੇ ਕੋਈ ਚੂੰਡੀ ਵਾੜਦੇ ਕੁਛ ਕਰਦੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ, ਕਿਉਂਕਿ ਉਦੋਂ ਤੁਸੀਂ ਸਰੀਰ ਤੋਂ ਵੱਖ ਹੋ ਕੇ ਬੈਠੇ ਹੋ। ਅਤੇ ਜਦੋਂ ਸਰੀਰ ਦੇ ਨਾਲ ਸੰਬੰਧ ਆ ਤਾਂ ਮਾੜਾ ਜਿਹਾ ਐਂ ਕੋਈ ਕਰੇ ਤਾਂ ਉਹ ਪਤਾ ਲੱਗਦਾ ਵੀ ਹਾਂ ਵੀ ਇੱਥੇ ਕਿਸੇ ਨੇ ਕੋਈ ਨਹੁੰ ਮਾਰਿਆ, ਚੂੰਡੀ ਵੱਢੀ ਹੈ। ਕਿ ਮਹਿਸੂਸ ਕਿਹਨੇ ਕੀਤਾ, ਉਹ ਮਨ ਨੇ। ਜਿਹਨੇ ਮਹਿਸੂਸ ਕੀਤਾ ਉਹਨੂੰ ਅਸੀਂ ਇੱਥੇ ਪਾਤਾ। ਇੱਥੇ ਮੈਂ ਇੱਕ ਗੱਲ ਹੋਰ ਕਲੀਅਰ ਕਰਾਂ, ਭਾਈ ਸਾਹਿਬ ਦੇ ਹੁੰਦਿਆਂ ਗੁਰਮੁਖ ਸੀ, ਬੜੀ ਮਿਹਨਤ ਕੀਤੀ ਉਹਨਾਂ ਨੇ ਅਮੈਰੀਕਾ ਦੇ ਵਿੱਚ, ਭਾਈ ਸਮਰ ਸਿੰਘ ਜੀ ਉੱਧਰ ਲਈ ਬੋਰਨ ਸੀ ਮੇਰਾ ਖਿਆਲ, ਵੀ ਉਹਨਾਂ ਨਾਲ ਇੰਗਲਿਸ਼ ਦੇ ਵਿੱਚ ਹੀ ਕਥਾ ਕਰਦੇ ਹੁੰਦੇ ਸੀ ਉਹ, ਅਤੇ ਉੱਧਰ ਇਸ ਤਰ੍ਹਾਂ ਗੁਰਮੁਖਾਂ ਨਾਲ ਵਿਚਾਰ ਵੀ, ਕਿਸੇ ਗੋਰੇ ਦੀ ਅਵਸਥਾ ਬਣੀ ਅੰਗਰੇਜ਼ ਦੀ, ਉਹ ਕਹਿੰਦਾ ਜੀ ਵੀ ਮੈਨੂੰ ਬਸ ਥੋੜ੍ਹਾ ਜਿਹਾ ਟਾਈਮ ਦਿਓ, ਉਹ ਕਿਤੇ ਉਹਦਾ ਓਪਰੇਸ਼ਨ ਹੋਣਾ ਸੀਗਾ ਕੋਈ, ਉਹ ਕਹਿੰਦਾ ਮੈਨੂੰ ਥੋੜ੍ਹਾ ਟਾਈਮ ਦਿਓ ਅਤੇ ਤੁਸੀਂ ਸੁਣ ਨਾ ਕਰੋ। ਮੈਂ ਉਹਨੇ ਇੱਥੇ ਆਸਣ ਬੰਨ ਲੈਣਾ ਸੀ ਨਾ ਮਨ ਦਾ, ਅਤੇ ਫਿਰ ਜੋ ਤੁਸੀਂ ਮਰਜ਼ੀ ਕਰ ਲਿਓ। ਅਤੇ ਹੁਣ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਤੱਤੀ ਤਵੀ 'ਤੇ ਬੈਠਣ ਲੱਗੇ ਨੇ, ਅਤੇ ਮਾਲਕ ਦੇ ਪੁੱਤ ਸੀ, ਆਗਿਆਕਾਰੀ ਪੁੱਤ ਸੀ, ਅਤੇ ਇੱਥੇ ਮਾਲਕ ਸੀ, ਇੱਥੇ ਕੌਣ ਸੀ, ਮਾਲਕ ਸੀ। ਅਤੇ ਤੁਸੀਂ ਦੇਖਿਆ ਹੋਣਾ ਤੁਹਾਡੇ ਵਿੱਚੋਂ ਭਾਈ ਸਾਹਿਬ ਦੀ ਸੰਗਤ ਕੀਤੀ ਗਈਆਂ ਗੁਰਮੁਖਾਂ ਨੇ, ਭਾਈ ਸਾਹਿਬ ਇੱਕ ਇਸ਼ਾਰਾ ਕਰਦੇ ਹੁੰਦੇ ਸੀ,
ਭਾਈ ਇੰਦਰਜੀਤ ਸਿੰਘ ਨਾਰੰਗਵਾਲ ਭਾਈ ਸਾਹਿਬ ਜੀ ਦੇ ਦੋਸਤ ਸੀ ਅਤੇ ਦੋਨੇ ਬੜੇ ਲੰਮੇ ਜਵਾਨ ਸੀ ਅਤੇ ਦੋਸਤੀ ਕਾਫੀ ਗਹਿਰੀ ਦੋਸਤੀ ਸੀ ਅਤੇ ਭਾਈ ਇੰਦਰਜੀਤ ਸਿੰਘ ਥੋੜ੍ਹੇ ਜਿਹੇ ਢਿੱਲੇ ਹੋਏ ਅਤੇ ਸ਼ੂਗਰ ਦੀ ਵੀ ਪ੍ਰੋਬਲਮ ਆਈ, ਹੋਰ ਕਈ ਪ੍ਰੋਬਲਮ ਆ ਗਈਆਂ। ਇੱਕ ਦਿਨ ਮੰਮੀ ਨਾਲ ਅਤੇ ਭਾਈ ਇੰਦਰਜੀਤ ਸਿੰਘ ਅਤੇ ਭਾਈ ਸਾਹਿਬ ਅਸੀਂ ਐਂ ਤੁਰੇ ਜਾਂਦੇ ਹਾਂ ਅਤੇ ਰਸਤੇ ਦੇ ਵਿੱਚ ਕਿਸੇ ਨੇ ਰੋਕਿਆ ਅਤੇ ਭਾਈ ਇੰਦਰਜੀਤ ਸਿੰਘ ਭਾਈ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਜੀ ਹੁਣ ਭੇਜ ਦਿਓ, ਵੀ ਹੁਣ ਤਕਲੀਫ ਸਰੀਰ ਵਿੱਚ ਆਵਾਂਗੇ ਤਾਂ ਤਕਲੀਫ ਹੋਣੀ ਹੋਣੀ ਹੈ ਅਤੇ ਸਰੀਰ ਤੋਂ ਵੱਖ ਹੋਵਾਂਗੇ ਤਾਂ ਤਕਲੀਫ ਨਹੀਂ ਹੋਣੀ। ਅਤੇ ਕਹਿੰਦੇ ਜੀ ਹੁਣ ਭੇਜ ਦਿਓ। ਅਤੇ ਅੱਗੋਂ ਭਾਈ ਸਾਹਿਬ ਨੇ ਕੀ ਕਿਹਾ, ਇਹਨਾਂ ਅੱਖਾਂ ਨੇ ਦੇਖਿਆ ਹੈ ਨਾ। ਅਤੇ ਭਾਈ ਸਾਹਿਬ ਕਹਿੰਦੇ ਕਿੱਥੇ ਭੇਜ ਦੀਏ, ਇਹ ਐਂ ਇਸ਼ਾਰਾ ਕੀਤਾ ਹੈ, ਕੀ ਕੀਤਾ ਜੀ, ਇੱਥੇ ਹੀ ਜਾਣਾ। ਕਹਿੰਦੇ ਹੁਣ ਇਸ ਚੀਜ਼ ਨੂੰ ਨਹੀਂ ਸਮਝੇ ਆਪਾਂ ਸਾਰੇ, ਇਹਨੂੰ ਨਹੀਂ ਸਮਝੇ ਇੱਥੇ ਕੀ ਹੈ। ਅਤੇ ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਸਟਾਰਟਿੰਗ ਦੇ ਵਿੱਚ ਸਿਮਰਨ ਕਰਾਉਣ ਲੱਗੇ ਕਹਿੰਦੇ ਨੇਤਰ ਬੰਦ ਕਰੋ, ਮੰਨ ਕੇ ਵੀ ਮੈਂ ਦੋਨੇ ਨੇਤਰਾਂ ਨੂੰ ਇੱਕ ਕਰਕੇ ਇੱਥੇ ਦੇਖਦਾ ਅਤੇ ਤੁਹਾਡਾ ਮਨ ਇੱਥੋਂ ਇੱਕ ਜੋਤ ਹੋ ਕੇ ਇੱਥੇ ਆ ਗਿਆ, ਤੁਸੀਂ ਮਨ ਦਾ ਇੱਥੇ ਆਸਣ ਬੰਨਤਾ। ਇੱਥੇ ਦੇਖਦੇ ਹੋਏ ਆਪਾਂ ਰਸਨਾ ਨੂੰ ਜਪਣਾ, ਵਾਹ ਕੰਨਾਂ ਨਾਲ ਸੁਣਨਾ ਗੁਰੂ, ਇਹਨੂੰ ਦੇਖੀ ਜਾਣਾ, ਬੋਲੀ ਜਾਣਾ ਰਸਨਾ, ਕੰਨਾਂ ਨਾਲ ਸੁਣੀ ਜਾਣਾ। ਕਰਦੇ 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 ਇੱਥੋਂ ਫਿਰ ਅਸੀਂ ਸਾਇਲੈਂਟ ਹੋ ਕੇ ਧਿਆਨ ਦੀ ਅਵਸਥਾ 'ਚ ਇੱਥੇ ਜਾਣਾ। ਇੱਥੇ ਫਿਰ ਤੁਸੀਂ ਆਰਾਮ ਨਾਲ ਐਂ ਬੈਠੇ ਦੇਖੀ ਜਾਣਾ, ਇੱਥੇ ਜਾਣਾ। ਜਦੋਂ ਸਰੀਰ ਛੱਡਣਾ ਕਿੱਥੇ ਜਾਣਾ ਜੀ, ਇੱਥੋਂ ਮਨ ਨੇ ਨਿਕਲਣਾ ਅਤੇ ਇੱਥੇ ਜਾਣਾ। ਅਤੇ ਮਨ ਨੂੰ ਅਸੀਂ ਇੱਕ ਜੋਤ ਪਹਿਲਾਂ ਹੀ ਕਰਨ ਦਾ ਇੱਕ ਆਦਤ ਪਾ ਦਈਏ, ਸੁਭਾਅ ਬਣਾ ਲਈਏ ਆਪਦਾ, ਮਨ ਨੂੰ ਇੱਕ ਜੋਤ ਕਰਨ ਦਾ ਸੁਭਾਅ ਬਣਾ ਲਈਏ। ਅਤੇ ਉਹ ਜੇ ਆਪਾਂ ਨਹੀਂ ਤਾਂ ਭਾਈ ਸਾਹਿਬ ਕਈ ਵਾਰੀ ਬੱਚਿਆਂ ਦੀ ਉਦਾਹਰਨ ਦਿੰਦੇ ਹੁੰਦੇ ਸੀ, ਭਗਤਾਂ ਨੇ ਭਗਤੀ ਜਿਹੜੀ ਕੀਤੀ ਸੀ, ਭਗਤਾਂ ਨੇ ਉਹਨਾਂ ਨੇ ਕਿੱਥੋਂ ਦੇਖਿਆ ਸੀ, ਬੱਚੇ ਤੋਂ। ਉਹਨਾਂ ਦੇ ਘਰ ਆਂਢ ਗੁਆਂਢ ਲਾ ਲਓ ਜਾਂ ਸਕੇ ਘਰ ਬੱਚੇ ਨੇ ਜਨਮ ਲਿਆ, ਉਹ ਕਹਿੰਦੇ ਵੀ ਆਪਾਂ ਬੱਚੇ ਦੇ ਕੋਲੋਂ ਹਿੱਲਣਾ ਨਹੀਂ, ਇਹ ਦੇਖਣਾ ਬੱਚਾ ਕੀ ਕਰਦਾ ਵੀ ਕੋ, ਕਿਉਂਕਿ ਉਹ ਖੋਜੀ ਸੀਗੇ ਭਗਤ, ਤਾਂ ਉਹ ਬੱਚੇ ਦੇ ਕੋਲ ਬੈਠ ਗਏ। ਅਤੇ ਜਿਨ੍ਹਾਂ ਨੇ ਬੱਚਿਆਂ ਨੂੰ ਆਪਦੀ ਮਾਂ ਪਿਓ ਨੇ ਬੁੱਕਲ 'ਚ ਸਵਾਇਆ ਤਾਂ ਉਹਨਾਂ ਨੂੰ ਪਤਾ ਵੀ ਬੱਚਾ ਆਹ ਐਕਸ਼ਨ ਕਰਦਾ। ਅਤੇ ਬੱਚਾ ਕੀ ਕਰਦਾ, ਲੰਬੇ ਲੰਬੇ ਸਾਹ ਲੈਂਦਾ, ਸਾਹ ਲੈਣ ਤੋਂ ਬਾਅਦ ਜਦੋਂ ਸਰੀਰ ਛੱਡਦਾ ਬੱਚਾ, ਸਰੀਰ ਛੱਡਦਾ ਮਤਲਬ ਕਿ ਸੌਂਦਾ, ਉਦੋਂ ਤੁਸੀਂ ਹੁਣ ਵੀ ਗੌਰ ਕਰ ਲਿਓ ਜੇ ਨਹੀਂ ਦੇਖਿਆ ਤਾਂ, ਆਹ ਅੱਖ ਘੁੰਮ ਕੇ ਇੱਥੇ ਆਉਂਦੀ ਹੈ ਐਕੋਇਚ, ਠੀਕ ਹੈ ਜੀ, ਇੱਧਰੋਂ ਜਿਹੜਾ ਆਹ ਸਾਹਮਣੇ ਆ ਇਹ ਘੁੰਮ ਕੇ ਇੱਥੇ ਆਉਂਦਾ ਸੈਂਟਰ ਵਾਲਾ ਪੋਰਸ਼ਨ, ਕਿਉਂਕਿ ਇੱਕ ਡੀਲਾ ਚਿੱਟਾ ਬਾਹਰਲੇ ਪਾਸੇ, ਇਹਦੇ ਵਿੱਚ ਕਾਲਾ ਪੂਰਾ, ਇੱਕ ਤੀਸਰਾ ਪੋਰਸ਼ਨ ਹੋਰ ਹੈ ਸ਼ੀਸ਼ੇ ਵਰਗਾ, ਜਿਹੜਾ ਤੀਸਰਾ ਪੋਰਸ਼ਨ ਇੱਧਰ ਵੀ ਅਤੇ ਇੱਧਰ ਵੀ, ਉਹ ਇੱਥੇ ਆਣ ਕੇ ਇਕੱਠੇ ਹੋ ਜਾਂਦੇ ਆ, ਉਦੋਂ ਰਸਤਾ ਖੁੱਲ੍ਹਦਾ ਦਸਵੇਂ ਦੁਆਰ ਦਾ, ਉਦੋਂ ਰਸਤਾ ਖੁੱਲ੍ਹਦਾ। ਅਤੇ ਜੇ ਅਸੀਂ ਦੋਨਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਰਸਤਾ ਬੰਦ, ਅਤੇ ਜੇ ਅਸੀਂ ਉਹਨਾਂ ਦੋਨਾਂ ਨੂੰ ਇੱਕ ਕਰ ਲਿਆ, ਚੰਦ ਸੂਰਜ ਨੂੰ ਇੱਕ ਕਰ ਲਿਆ, ਚੰਦ ਸੂਰਜ ਦੀ ਗੰਢ ਪਾ ਲਈ ਹੈ ਨਾ, ਤਾਂ ਰਸਤਾ ਖੁੱਲ੍ਹ ਗਿਆ। ਜਦੋਂ ਰਸਤਾ ਖੁੱਲ੍ਹਿਆ ਤਾਂ ਅੱਗੇ ਗਾਈਡਲਾਈਨ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਗੇ ਕੀ ਹੋਏਗਾ, ਅਤੇ ਅੱਗੇ ਕੀ ਹੋਏਗਾ, ਪ੍ਰਕਾਸ਼ ਹੋਏਗਾ, ਕੀ ਹੋਏਗਾ ਜੀ, ਪ੍ਰਕਾਸ਼। ਇਸ ਤਰ੍ਹਾਂ ਜਿੰਨੇ ਵੀ ਗੁਰਮੁਖ ਆਪਣੇ ਸ਼ਹੀਦੀਆਂ ਪਾਈਆਂ ਨੇ, ਪਹਿਲਾਂ ਸ਼ਹੀਦ ਸਿੰਘ ਹੋਏ ਨੇ, ਉਹ ਉਹਨਾਂ ਦੇ ਪ੍ਰੈਕਟੀਕਲ ਸੀ, ਉਹਨਾਂ ਦਾ ਮਾਲਕ ਨਾਲ ਪਿਆਰ ਸੀ, ਤਾਂ ਇੱਥੇ ਮਾਲਕ ਨੂੰ ਦੇਖਦੇ ਸੀ ਅਤੇ ਮਾਲਕ ਇੱਥੇ ਉਹਨਾਂ ਨੂੰ ਦੇਖਦਾ ਸੀ ਇੱਥੇ। ਅਤੇ ਤੁਸੀਂ ਦੇਖਿਆ ਹੋਣਾ, ਹੋਰ ਇੱਕ ਪ੍ਰੈਕਟੀਕਲ ਮੈਂ ਨਾਲ ਸ਼ੇਅਰ ਕਰਦਿਆਂ, ਬੱਚਾ ਇਕੱਲਾ ਹੱਸਦਾ, ਨਿੱਕਾ ਜਿਹਾ ਬੱਚਾ ਇਕੱਲਾ ਹੱਸੀ ਜਾਂਦਾ, ਉਹਦੇ ਕੋਲ ਕੋਈ ਨਹੀਂ ਹੈਗਾ ਆਸੇ ਪਾਸੇ, ਉਹ ਇਕੱਲਾ ਹੱਸ ਰਿਹਾ, ਉਹਨੂੰ ਕੌਣ ਹਸਾ ਰਿਹਾ, ਅਤੇ ਉਦੋਂ ਉਹਦਾ ਅੱਖਾਂ ਐਂ ਹੁੰਦੀਆਂ, ਐਂ ਬਾਲੀਆਂ ਨਹੀਂ ਚੱਕੀਆਂ ਹੁੰਦੀਆਂ, ਹਲਕਾ ਜਿਹਾ ਅੰਦਰੋਂ ਥੋੜ੍ਹੀ ਜਿਹੀ ਚੱਕ ਹੁੰਦੀ ਹੈ, ਇੱਥੇ ਖੇਡੀ ਜਾਂਦਾ, ਅਤੇ ਉਹ ਮਾਲਕ ਹਸਾ ਰਿਹਾ, ਕੌਣ ਹਸਾ ਰਿਹਾ ਉਹਨੂੰ, ਮਾਲਕ ਹਸਾ ਰਿਹਾ, ਉਹਨੂੰ ਦਰਸ਼ਨ ਹੋ ਰਹੇ।
ਕਿਉਂਕਿ ਉਹ ਹਜੇ ਜ਼ਿਆਦਾ ਖਿੰਡਿਆ ਨਹੀਂ ਨਾ, ਬੱਚੇ ਦਾ ਮਨ ਹਜੇ ਜ਼ਿਆਦਾ ਵਿਚਾਰਾਂ 'ਚ ਨਹੀਂ ਗਿਆ, ਖਿੰਡਿਆ ਨਹੀਂ। ਅਤੇ ਹੁਣ ਆਪਣੀ ਏਜ ਵਿੱਚ ਤਾਂ ਬਹੁਤ ਦੂਰ ਤੱਕ ਖਿੰਡ ਜਾਂਦਾ, ਅਤੇ ਇਹਨੂੰ ਇਕੱਠਾ ਕਰਨਾ ਵੀ ਫਿਰ ਔਖਾ ਹੋ ਜਾਂਦਾ ਜਿਵੇਂ ਜਿਵੇਂ ਉਮਰ ਹੁੰਦੀ ਹੈ। ਅਤੇ ਮਾਲਕ ਨੂੰ ਰਿਕੁਐਸਟ ਕਰਨੀ ਪੈਂਦੀ, ਮਾਲਕ ਸਾਡੇ ਵੱਸ ਨਹੀਂ ਗਾ, ਤੁਸੀਂ ਆ ਜਾਓ ਮਦਦ 'ਤੇ, ਤੁਸੀਂ ਕਿਰਪਾ ਕਰੋ। ਫਿਰ ਮਾਲਕ ਆ ਜਾਂਦਾ, ਮਦਦ ਕਰਦਾ, ਹੱਥ ਫੜ ਕੇ ਲੈ ਕੇ ਜਾਂਦਾ। ਹੁਣ ਗੁਰਮੁਖ ਪਿਆਰਿਓ, ਇੱਕ ਤਾਂ ਆਪਾਂ ਵਿਧੀ ਲਾ ਕੇ ਮਾਲਕ ਨੂੰ ਦੇਖ ਲਿਆ, ਠੀਕ ਹੈ ਜੀ, ਕੋਈ ਸ਼ੱਕ ਲਾਈ ਹੈ ਨਾ ਆਪਾਂ ਵਿਧੀ ਪੰਜਾਂ ਪਿਆਰਿਆਂ ਦੇ ਰਾਹੀਂ ਜਿਨ੍ਹਾਂ ਨੇ ਦਾਤ ਲਈ ਹੈ। ਮਨ ਦੀ ਜੋਤ ਵੀ ਦੇਖ ਲਈ, ਆਤਮਿਕ ਜੋਤ ਵੀ ਅਤੇ ਮਾਲਕ ਦੀ ਜੋਤ ਵੀ, ਠੀਕ ਹੈ ਜੀ, ਹੋ ਗਿਆ ਕਲੀਅਰ। ਇੱਕ ਤਾਂ ਆਪਾਂ ਦੇਖਦੇ ਹਾਂ, ਇੱਕ ਮਾਲਕ ਆਉਂਦਾ ਆਪਣੇ ਕੋਲ, ਦੋਨਾਂ 'ਚ ਫਰਕ ਹੈਗਾ ਕਿ ਨਹੀਂ ਹੈਗਾ? ਪੰਜਾਂ ਪਿਆਰਿਆਂ ਨੇ ਤੁਹਾਨੂੰ ਦਿਖਾ ਦਿੱਤਾ, ਪਰਦਾ ਲਾਹ ਦਿੱਤਾ, ਹੋਏ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲਿਓ ਲਾਲ ਮਨ ਹਰੀਆ, ਪਰਦਾ ਲਾਹ ਦਿੱਤਾ, ਤੁਸੀਂ ਦੇਖ ਲਿਆ, ਤੁਸੀਂ ਦੇਖ ਲਿਆ। ਹਜੇ ਮਾਲਕ ਆਪ ਤਾਂ ਨਹੀਂ ਨਾ ਆਇਆ, ਅਤੇ ਜਦੋਂ ਮਾਲਕ ਆਪ ਆਏਗਾ ਨਾ ਛੇਜ ਦੇ ਉੱਤੇ, ਉਦੋਂ ਪ੍ਰਕਾਸ਼ ਬਹੁਤ ਜ਼ਿਆਦਾ ਤੇਜ਼ ਹੋਏਗਾ, ਉਦੋਂ ਪ੍ਰਕਾਸ਼। ਹੁਣ ਤਾਂ ਆਪਾਂ ਨਾ ਪਿਆਰਾ ਜਿਹਾ ਹਲਕਾ ਜਿਹਾ ਦੇਖਦੇ ਹਾਂ ਨਾ, ਐਨ ਤਰਮਾ ਤਰਮਾ ਹੈ ਨਾ, ਉਦੋਂ ਬਹੁਤ ਜ਼ਿਆਦਾ ਚਮਕ ਦਮਕ ਹੋਏਗੀ। ਅਤੇ ਜਿਵੇਂ ਉਹ ਪ੍ਰਕਾਸ਼ ਦੇਖਿਆ ਆਪਾਂ, ਅਤੇ ਪ੍ਰਕਾਸ਼ ਵਧਿਆ, ਜਿਵੇਂ ਅਨਾਰ ਨਹੀਂ ਆਪਾਂ ਚਲਾਉਂਦੇ, ਤਾਂ ਕਿੰਨੇ ਉਹ ਚਮਕ ਫੁੱਲ ਝੜੀਆਂ ਜੀ ਉਹਦੇ ਵਿੱਚੋਂ ਨਿਕਲਦੀਆਂ ਤਾਂ ਨੂੰ, ਇਸ ਤਰ੍ਹਾਂ ਜਦੋਂ ਪ੍ਰਕਾਸ਼ ਵੱਧਦਾ ਤਾਂ ਉਹ ਮਾਲਕ ਖੁਸ਼ ਹੁੰਦਾ, ਮਾਲਕ ਬੱਚੇ 'ਤੇ ਖੁਸ਼ ਹੁੰਦਾ। ਉਧਰਲੀ ਭਾਸ਼ਾ ਕਿਹੜੀ ਜੀ? ਇਧਰਲੀ ਭਾਸ਼ਾ ਤੋਂ ਅਸੀਂ ਉਧਰਲੀ ਭਾਸ਼ਾ 'ਚ ਜਾਣਾ, ਜਦੋਂ ਉਧਰਲੀ ਭਾਸ਼ਾ 'ਚ ਜਾਣਾ ਉਦੋਂ ਇੱਧਰੋਂ ਸਾਨੂੰ ਰਸਨਾ ਨੂੰ ਸਾਇਲੈਂਟ ਕਰਨਾ ਪਏਗਾ, ਰਸਨਾ ਨੂੰ ਰੁਕਣਾ ਪਏਗਾ, ਫਿਰ ਉੱਧਰ ਸੁਰਤੀ ਦੁਆਰਾ ਸਿਮਰਨ ਕਰਨਾ। ਕਿਹਦੇ ਦੁਆਰਾ ਕਰਨਾ? ਦੇਖੋ, ਪਹਿਲਾਂ ਆਪਾਂ ਸਿਮਰਨ ਕੀਤਾ ਉੱਚੀ, ਉਹਨੂੰ ਕਹਿੰਦੇ ਨੇ ਬੈਖਰੀ ਬਾਣੀ। ਕੀ ਕਹਿੰਦੇ ਜੀ? ਬੈਖਰੀ ਬਾਣੀ ਦਾ ਮਤਲਬ ਕਿ ਬਿਖਰੇ ਹੋਏ ਮਨ ਨੂੰ ਇਕੱਠਾ ਕਰਨ ਵਾਸਤੇ ਉੱਚੀ। ਦੂਸਰੇ ਨੰਬਰ 'ਤੇ ਮਧਮਾ ਬਾਣੀ। ਮਧਮਾ ਦਾ ਮਤਲਬ ਹੁੰਦਾ ਵੀ ਸਲੋ ਤੋਂ ਥੋੜ੍ਹਾ ਜਿਹਾ ਸਲੋ, ਤੇਜ਼ ਤੋਂ ਸਲੋ ਹੋ ਜਾਓ ਥੋੜ੍ਹਾ ਜਿਹਾ, ਅੱਧ 'ਚ ਆ ਜਾਓ। ਫਿਰ ਬਸੰਤੀ ਬਾਣੀ। ਫਿਰ ਕਿਹੜੀ ਬਾਣੀ? ਬਸੰਤੀ ਬਾਣੀ ਦਾ ਮਤਲਬ ਇਹ ਆ, ਤੁਸੀਂ ਚੁੱਪ ਕਰ ਜਾਓ, ਅੰਦਰ ਸੁਰਤੀ ਨਾਲ ਮਹਿਸੂਸ ਕਰੋ, ਵਾਹ ਗੁਰੂ ਵਾਹ, ਉਹਨੂੰ ਬਸੰਤੀ ਬਾਣੀ। ਫਿਰ ਅੱਗੇ ਹੈਗੀ ਪਰਾ ਬਾਣੀ। ਪਰਾ ਬਾਣੀ ਮਤਲਬ ਕਿ ਪਾਰ ਬ੍ਰਹਮ ਦੀ ਭਾਸ਼ਾ, ਮਾਲਕ ਦੀ ਭਾਸ਼ਾ। ਸਾਨੂੰ ਕਿੰਨਾ ਕੁਝ ਛੱਡਣਾ, ਛੱਡ ਕੇ ਜਾਣਾ ਪਏਗਾ, ਅਸੀਂ ਆਦੀ ਹੋ ਚੁੱਕੇ ਹਾਂ ਦ੍ਰਿਸ਼ ਮਾਨ ਨਾਲ ਜੁੜੇ ਹੋਣ ਕਰਕੇ। ਆਪਦੇ ਸਰੀਰ ਨਾਲ ਤਾਂ ਅਸੀਂ ਜੁੜੇ ਹੀ ਜੁੜੇ ਹਾਂ, ਅਸੀਂ ਦੂਸਰੇ ਦੇ ਸਰੀਰਾਂ ਨਾਲ ਵੀ ਜੁੜ ਗਏ। ਮਾਂ ਪਿਓ ਨੂੰ ਦੇਖਦੇ ਹਾਂ, ਬੱਚਿਆਂ ਨੂੰ ਦੇਖਦੇ ਹਾਂ, ਉਹਨਾਂ ਦੇ ਸਰੀਰਾਂ ਨੂੰ ਦੇਖਦੇ ਹਾਂ ਤਾਂ ਜੁੜੇ ਹੀ ਹੈ ਨਾ, ਪ੍ਰੋਪਰਟੀ ਨਾਲ ਜੁੜ ਗਏ, ਘਰਾਂ ਨਾਲ ਜੁੜ ਗਏ, ਗੱਡੀਆਂ ਨਾਲ ਜੁੜ ਗਏ, ਹੈ ਨਾ, ਬੱਚਿਆਂ ਨਾਲ ਜੁੜ ਗਏ, ਇਹ ਦ੍ਰਿਸ਼ਟਮਾਨ ਨਾਲ ਜੁੜ ਗਏ। ਕਿ ਹੁਣ ਦ੍ਰਿਸ਼ਟਮਾਨ ਦੇ ਵਿੱਚੋਂ ਨਿਕਲਣ ਵਾਸਤੇ ਸਾਨੂੰ ਸਾਧਨ ਅਪਣਾਉਣਾ ਪਏਗਾ, ਅਤੇ ਉਹ ਕੀ ਅਪਣਾਉਣਾ ਪਏਗਾ? ਵਾਹਿਗੁਰੂ ਸ਼ਬਦ ਦਾ ਸਪੋਰਟ ਲਾਉਣੀ ਪਏਗੀ, ਵੀ ਰੁਕ ਜਾ, ਅਤੇ ਉਹ ਰੁਕੇਗਾ। ਫਿਰ ਉੱਧਰ ਜਾਣਾ, ਫਿਰ ਸੈਂਟਰ 'ਚ ਮਨ ਤੋਂ ਪਹਿਲਾਂ ਇੱਧਰ ਦ੍ਰਿਸ਼ਟਮਾਨ ਤਨ, ਅਤੇ ਸੈਂਟਰ 'ਚ ਕੌਣ ਆ? ਸੂਖਮ ਆਕਾਰ, ਉਦੋਂ ਅੱਗੇ ਇਕੱਲਾ ਮਨ ਸੂਖਮ। ਪਹਿਲਾਂ ਦ੍ਰਿਸ਼ਟਮਾਨ ਆਕਾਰ ਛੱਡ ਕੇ, ਫਿਰ ਜਿਹੜਾ ਆਪਾਂ ਸੁਰਤੀ ਨਾਲ ਸਿਮਰਨ ਕਰਦੇ ਹਾਂ ਬਿਨ ਬੋਲੇ, ਉਹ ਆਤਮਿਕ ਤੌਰ 'ਤੇ ਜਿਹਨੂੰ ਆਪਾਂ ਬਸੰਤੀ ਬਾਣੀ ਕਹਿੰਦੇ ਹਾਂ, ਠੀਕ ਹੈ। ਉੱਥੇ ਸੁਣਦੇ ਸੁਣਦੇ ਫਿਰ ਕੀ ਹੋਏਗਾ? ਫਿਰ ਮਨ ਸਹਿਜ ਬਣਿਆ ਹੋਏਗਾ, ਫਿਰ ਪਰਾ ਬਾਣੀ ਪ੍ਰਗਟ ਹੁੰਦੀ ਹੈ ਜਿਹਨੂੰ ਆਪਾਂ ਨਾਮ ਕਹਿੰਦੇ ਹਾਂ, ਜਿਹਨੂੰ ਆਪਾਂ ਨਾਮ ਸ਼ਬਦ ਅਨਹਦ ਧੁਨ ਕਹਿੰਦੇ ਹਾਂ। ਫਿਰ ਅਸੀਂ ਉਹਨੂੰ ਸੁਣਾਂਗੇ, ਅਤੇ ਉਹਨੂੰ ਸੁਣਨਾ ਸਾਡੇ ਮਨ ਨੇ ਆ, ਫਿਰ ਉੱਥੋਂ ਮਨ ਦੀ ਭਗਤੀ ਸ਼ੁਰੂ ਹੋਏਗੀ, ਉੱਥੋਂ ਮਨ ਦੀ ਭਗਤੀ ਸ਼ੁਰੂ ਹੋਏਗੀ। ਉਹਨੂੰ ਫਿਰ ਮਹਾਰਾਜ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ, ਕਹਿੰਦੇ ਗੁਰਮੁਖ ਭਗਤ ਜਿੱਤ ਸਹਿਜ ਧੁਨ ਉਪਜੈ। ਸਹਿਜ ਧੁਨ ਉਪਜੈ, ਉਹ ਤਾਂ ਹੈ ਹੀ ਹੈ, ਚੱਲ ਹੀ ਰਹੀ ਹੈ, ਲੇਕਿਨ ਜਿਹਨੂੰ ਨਹੀਂ ਸੁਣਦੀ ਉਹਦੇ ਲਈ ਤਾਂ ਨਹੀਂ ਨਾ ਹਜੇ ਉਪਜੀ, ਜਿਹਨੂੰ ਸੁਣਨ ਲੱਗ ਗਈ ਉਹਦੇ ਲਈ ਉਪਜੀ।
ਫਿਰ ਉਹਦੇ ਵਿੱਚ ਧਿਆਨ ਲਾਉਣਾ ਵੀ ਉਹਨੂੰ ਸੁਣਨਾ ਹੈ, ਉਹਨੂੰ ਸੁਣਨਾ ਹੈ। ਸਰੀਰ ਵਿੱਚ ਰਹਿੰਦਿਆਂ ਹੋਇਆਂ ਸਰੀਰ ਤੋਂ ਵੱਖ ਹੋ ਕੇ ਸੁਣਨਾ, ਦੁਬਾਰਾ ਫਿਰ ਆਪਾਂ ਸਰੀਰ 'ਚ ਹੀ ਆ ਜਾਂਦੇ ਨਾ, ਕਿਤੇ ਹੋਰ ਤਾਂ ਜਾਂਦੇ ਨਹੀਂ, ਆਉਣਾ ਜਾਣਾ ਬਣਿਆ ਹੋਇਆ। ਅਤੇ ਉਹ ਮਨ ਨੇ ਫਿਰ ਉਹ ਸ਼ਬਦ ਨੂੰ ਸੁਣਨਾ, ਅਤੇ ਫਿਰ ਅਗਲੀ ਜਿਹੜੀ ਭਗਤੀ ਹੈ ਉਸ ਤੋਂ ਅੱਗੇ ਜਿਹੜੀ ਹੈ ਉਹ ਫਿਰ ਮਾਲਕ ਆਪੇ ਕਰਾਉਂਦਾ, ਉਹ ਮਾਲਕ ਆਪੇ ਕਰਾਉਂਦਾ। ਤੁਸੀਂ ਭਰੋਸਾ ਰੱਖਣਾ, ਕੀ ਰੱਖਣਾ ਜੀ? ਭਰੋਸਾ ਰੱਖਣਾ, ਇੰਨਾ ਭਰੋਸਾ ਰੱਖਣਾ, ਇੰਨਾ ਭਰੋਸਾ ਰੱਖਣਾ ਕਿ ਤੁਹਾਨੂੰ ਕੋਈ ਤੁਹਾਡੇ ਮਨ 'ਚ ਕੋਈ ਮਾੜੀ ਜਿਹੀ ਵੀ ਕੋਈ ਸ਼ੰਕਿਆ ਨਾ ਰਹਿ ਜੇ ਮਾੜੀ ਜੀ। ਕਈ ਵਾਰੀ ਗੁਰਮੁਖ ਗੱਲ ਕਰਦੇ ਨੇ ਬੜੀ ਆਪਦੇ ਪ੍ਰੈਕਟੀਕਲ ਦੇ ਮੁਤਾਬਕ, ਅਤੇ ਉਹ ਕਈ ਵਾਰੀ ਵੇਦਾਂ ਦੇ ਵਿੱਚ ਸ਼ਾਸਤਰਾਂ ਦੇ ਵਿੱਚ ਨਹੀਂ ਹੁੰਦੀ, ਉਹ ਪ੍ਰੈਕਟੀਕਲ ਨਹੀਂ ਲਿਖਿਆ ਹੁੰਦਾ। ਮੰਨ ਲਓ ਉਹਨੂੰ ਫਿਰ ਕੀ ਕਹਿੰਦੇ ਨੇ? ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਿਖਿਆਨੇ। ਵੇਦ ਮੀਨਜ਼ ਗ੍ਰੰਥ ਧਾਰਮਿਕ, ਕਹਿੰਦੇ ਵੇਦ ਵੀ ਨਹੀਂ ਜਾਣੇ ਕਿ ਉਹਦੀ ਮਹਿਮਾ। ਜਦੋਂ ਸਾਡਾ ਮਨ ਅਨਹਦ ਧੁਨ ਨੂੰ ਸਿਮਰਨ ਕਰਕੇ ਆਹ ਇਲਾਕੇ ਨੂੰ ਛੱਡ ਕੇ ਉਸ ਇਲਾਕੇ 'ਚ ਜਾਏਗਾ, ਫਿਰ ਗਾਂਹ ਜਾ ਕੇ ਨਾਮ ਨੂੰ ਸੁਣ ਕੇ ਅਤੇ ਫਿਰ ਮਾਲਕ 'ਚ ਸਮਾਏਗਾ, ਨਾਮ ਨੂੰ ਸੁਣ ਕੇ ਮਾਲਕ 'ਚ ਸਮਾਏਗਾ। ਜਦੋਂ ਨਾਮ ਨੂੰ ਸੁਣ ਕੇ ਸੁਣੇਗਾ ਮਨ, ਫਿਰ ਮਨ ਕੀ ਹੋ ਜਾਏਗਾ? ਫਿਰ ਮਨ ਨਾਮ ਰੂਪ ਹੋ ਜਾਏਗਾ। ਕੀ ਹੋ ਜਾਏਗਾ ਜੀ? ਮਨ ਨਾਮ ਰੂਪ ਹੋ ਜਾਏਗਾ, ਕਿਉਂਕਿ ਮਨ ਨੇ, ਹਰੀ ਦੇ ਜਨ ਨੇ ਨਾਮ ਮਾਲਕ ਦੇ ਨਾਮ ਵਿੱਚ ਸਮਾਉਣਾ, ਫਿਰ ਇਹਦਾ ਜਨ ਮਨ ਖੰਡਨ ਹੋਣਾ ਅਤੇ ਪ੍ਰਭੂ ਮਿਲਾਪ ਹੋਣਾ। ਅਤੇ ਫਿਰ ਆਪਾਂ ਬਾਣੀ 'ਚ ਪੜ੍ਹਦੇ ਹਾਂ ਸਾਰੇ, ਹਰ ਜਨ, ਹਰ ਜਨ ਮੀਨਜ ਮਨ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ ਬਹੁਤ ਸੁਖ ਖੰਡ ਬ੍ਰਹਮੰਡਾ। ਅਤੇ ਜੇ ਹੁਣ ਤੁਸੀਂ ਨਾਮ 'ਚ ਸਮਾਉਣਾ ਚਾਹੁੰਦੇ ਹੋ, ਅਨਹਦ ਨਾਮ ਦੇ ਵਿੱਚ ਸਮਾਉਣਾ ਚਾਹੁੰਦੇ ਹੋ, ਮਨ ਨੂੰ ਫੁਰਨਿਆਂ ਤੋਂ ਰਹਿਤ ਕਰ ਲਓ। ਮਨ ਨੂੰ ਫੁਰਨਿਆਂ ਤੋਂ ਰਹਿਤ ਕਰਕੇ, ਇਹ ਨਾ ਹੋਵੇ ਵੀ ਫੁਰਨੇ ਵੀ ਆਈ ਜਾਣ ਅਤੇ ਤੁਸੀਂ ਸ਼ਬਦ ਵੀ ਸੁਣੋ, ਫਿਰ ਨਹੀਂ ਗੱਲ। ਫੁਰਨਿਆਂ ਤੋਂ ਰਹਿਤ ਕਰ ਲਓ, ਸਿਮਰਨ ਕਰ ਕਰਕੇ, ਸਿਮਰਨ ਕਰ ਕਰਕੇ ਮਨ ਨੂੰ ਕੁੱਟ ਕੁੱਟ ਕੇ, ਕੁੱਟ ਕੁੱਟ ਕੇ ਸਿਮਰਨ ਨਾਲ ਮਨ ਨੂੰ ਕੁੱਟਦੇ ਹਾਂ ਆਪਾਂ, ਕੁੱਟ ਕੁੱਟ ਮਨ ਕਸਵੱਟੀ ਲਾਇਆ, ਚੈੱਕ ਕਰਨਾ ਵੀ ਹਾਂ ਠੀਕ ਹੈ, ਟਿਕ ਗਿਆ ਕਿ ਨਹੀਂ ਟਿਕ ਗਿਆ, ਫੁਰਨੇ ਤੋਂ ਰਹਿਤ ਹੋ ਗਿਆ ਕਿ ਨਹੀਂ ਹੋਇਆ, ਚੱਲ ਫਿਰ ਵਾਹ ਗੁਰੂ, ਫਿਰ ਦੇਖਣਾ ਹੋ ਗਿਆ ਕਿ ਨਹੀਂ, ਟਿਕ ਗਿਆ ਨਹੀਂ ਟਿਕਿਆ, ਚੱਲ ਫਿਰ ਉਹਨੂੰ ਟੈਸਟ ਕਰਦੇ, ਚੈੱਕ ਕਰਦੇ ਰਹਿਣਾ ਵੀ ਟਿਕਿਆ ਕਿ ਨਹੀਂ ਟਿਕਿਆ। ਇਹਦੇ ਲਈ ਫਿਰ ਆਪਾਂ ਸਿਮਰਨ ਕਰਦੇ ਹਾਂ ਉੱਚੀ, ਅਤੇ ਜੋ ਸਾਨੂੰ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਭਗਤ ਸਾਹਿਬਾਨ, ਗੁਰੂ ਸਾਹਿਬਾਨ, ਭੱਟ ਸਾਹਿਬਾਨ, ਸਿੱਖ ਜੋ ਆਪਾਂ ਨੂੰ ਦੱਸ ਕੇ ਗਏ ਆ, ਆਪਾਂ ਉਵੇਂ ਕਰਨਾ। ਆਪਦੀ ਮੱਤ ਨਾਲ ਬੜੇ ਬੜੇ ਸਿਆਣੇ ਡੁੱਬ ਗਏ, ਕਿਤੇ ਆਪਾਂ ਵੀ ਆਪਦੀ ਮੱਤ ਨਾਲ ਅਪਣਾ ਬੈਠੀਏ ਕਿ ਆਪਾਂ ਨੂੰ ਵੀ ਡੁੱਬਣਾ ਪੈ ਜਾਵੇ। ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਭਗਤੀ, ਪ੍ਰੋਪਰ ਭਗਤੀ ਤੋਂ ਬਿਨਾਂ ਸਿਆਣੇ ਸਿਆਣੇ ਡੁੱਬ ਗਏ। ਇਸ ਕਰਕੇ ਜਿਹੜੀ ਪ੍ਰੋਪਰ ਭਗਤੀ ਦੱਸੀ ਆਪਾਂ ਨੂੰ, ਦੇਖੋ ਹੁਣ ਇੱਕ ਸ਼ਬਦ ਹੋਰ ਆਉਂਦਾ, ਕਹਿੰਦੇ ਗੁਰਮੁਖ ਭਗਤ ਇੱਕੋ ਹੈ ਜਾਤਾ, ਅਨਦਿਨ ਨਾਮ ਰਵੀਜੈ, ਅਨਦਿਨ ਨਾਮ ਰਵੀਜੈ। ਉਹ ਫਿਰ ਇੱਕ ਜਪਣਾ, ਇੱਕ ਧਿਆਨ ਲਾਉਣਾ, ਇੱਕ ਜਪਣਾ ਧਿਆਨ ਲਾਉਣਾ, ਦੋਨਾਂ 'ਚ ਫਰਕ ਨਹੀਂ ਜੀ, ਠੀਕ ਹੈ ਨਾ ਜੀ? ਅਤੇ ਜਪਦੇ ਹਾਂ ਆਪਾਂ ਵਾਹ ਗੁਰੂ, ਵਾਹ ਗੁਰੂ, ਅਤੇ ਜਦੋਂ ਆਪਾਂ ਧਿਆਨ 'ਚ ਬੈਠਦੇ ਹਾਂ ਸਾਇਲੈਂਟ ਹੋ ਜਾਂਦੇ ਹਾਂ, ਫਿਰ ਇੱਥੇ ਆ ਜਾਂਦੇ ਹਾਂ। ਇੱਥੇ ਜਦੋਂ ਆ ਜਾਂਦੇ ਹਾਂ ਤਾਂ ਫਿਰ ਸ਼ਬਦ ਸੁਣਦੇ ਹਾਂ। ਇੱਥੇ ਫਿਰ ਮਹਾਰਾਜ ਨੇ ਕਿਹਾ ਆਪਾਂ ਨੂੰ, ਕਹਿੰਦੇ ਇੱਥੇ ਲਿਵ ਲਾਓ, ਇੱਥੇ ਲਿਵ ਲਾਓ। ਇੱਥੇ ਹੁਣ ਲਿਵ ਕਿਹਦੇ 'ਚ ਲਾਉਣੀ ਆ? ਤੁਸੀਂ ਮਨ ਦਾ ਆਸਣ ਬੰਨਤਾ ਇੱਥੇ ਦਸਵੇਂ ਦੁਆਰ 'ਚ, ਕਿੱਥੇ ਚਲੇ ਗਏ? ਇੱਥੇ ਜਦੋਂ ਤੁਸੀਂ ਮਸਤਕ ਦੇ ਸਾਹਮਣੇ ਸੁੰਨ ਨੂੰ ਦੇਖੋਗੇ, ਤੁਹਾਡੇ ਮਨ ਨੇ ਦਸਵੇਂ ਦੁਆਰ 'ਚ ਆਸਣ ਬੰਨ ਲਿਆ, ਅਤੇ ਲਿਵ ਕਿੱਥੇ ਲਾ ਲਈ? ਸ਼ਬਦ ਵਿੱਚ, ਨਾਮ ਵਿੱਚ। ਅਤੇ ਕੀ ਕਹਿੰਦੇ ਗੁਰੂ ਮਹਾਰਾਜ ਗੁਰਬਾਣੀ ਵਿੱਚ?
ਕਹਿੰਦੇ ਪੌਣ ਪਾਣੀ ਅਗਨੀ ਬਿਸਰਾਓ, ਪੌਣ ਪਾਣੀ ਅਗਨੀ ਬਿਸਰਾਓ ਤਹੀਂ ਨਿਰੰਜਣ ਸਾਚੋ ਨਹੁ। ਤਹੀਂ ਮਤਲਬ ਕਿ ਇਦੂ ਤਹਾਂ, ਇੱਥੇ ਪੌਣ ਪਾਣੀ ਆ ਕੇ ਖਤਮ ਹੁੰਦੇ ਆ, ਇਦੂ ਤਹਾਂ ਮਾਲਕ ਦਾ ਨਾਮ ਆ, ਸੱਚਾ ਨਾਮ ਆ। ਤਹੀਂ ਨਿਰੰਜਣ ਸਾਚੋ ਨਾਉ, ਤਿਸਮੇ ਮਨੁਆ ਰਿਹਾ ਲਿਵ ਲਾਏ, ਤਿਸਮੇ ਮਨੁਆ ਰਿਹਾ ਲਿਵ ਲਾਏ ਪਰਨਵਤ ਨਾਨਕ ਕਾਲ ਨਾ ਖਾਏ। ਕਹਿੰਦੇ ਇੱਥੇ ਸ਼ਬਦਾਂ ਦੇ ਵਿੱਚ ਧਿਆਨ ਲਾ ਕੇ ਅਤੇ ਸਾਹਮਣੇ ਮਨ ਦਾ ਆਸਣ ਬੰਨ ਦਿਓ ਅਤੇ ਕਹਿੰਦੇ ਕਾਲ ਦੀ ਜ਼ਰੂਰਤ ਨਹੀਂ ਵੀ ਤੁਹਾਡੇ ਨੇੜੇ ਆ ਜਾਏ। ਕਾਲ ਨਾਲ ਸਾਡੀ ਫਾਈਟ ਆ, ਕਾਲ ਨਾਲ ਸਾਡਾ ਯੁੱਧ ਆ, ਠੀਕ ਹੈ ਨਾ ਜੀ। ਕਾਲ ਨੇ ਸਾਨੂੰ ਰੋਕਣਾ, ਕਾਲ ਨੇ ਕਈ ਤਰੀਕੇ ਅਪਣਾ ਕੇ ਸਾਨੂੰ ਰੋਕਣਾ, ਅਤੇ ਅਸੀਂ ਪਰਵਾਹ ਹੀ ਨਹੀਂ ਕਰਨੀ ਹੁੰਦੀ, ਅਸੀਂ ਰੁਕਣਾ ਨਹੀਂ। ਅਸੀਂ ਸਿਮਰਨ ਛੱਡਤਾ ਤਾਂ ਰੁਕ ਗਏ, ਸੰਗਤ ਕਰਨੀ ਛੱਡਤੀ ਤਾਂ ਰੁਕ ਗਏ, ਸ਼ਬਦ ਸੁਣਨਾ ਹਟ ਗਏ ਤਾਂ ਰੁਕ ਗਏ, ਅਸੀਂ ਨਹੀਂ ਰੁਕਣਾ। ਅਸੀਂ ਇਹਦੀ ਪਰਵਾਹ ਹੀ ਨਹੀਂ ਕਰਨੀ, ਤੂੰ ਕਰ ਲਾ ਜੋ ਕਰਨਾ। ਕੀ ਕਰੇਗਾ, ਸਰੀਰ ਨੂੰ ਤਕਲੀਫ ਦੇ ਦੇਗਾ, ਕਿਉਂਕਿ ਸਰੀਰ ਤੇਰਾ ਹੈ ਨਾ, ਕਾਲ ਦਾ ਨਾ ਸਰੀਰ, ਇਹ ਸਰੀਰ ਸਭ ਮੂਲ ਹੈ ਮਾਇਆ। ਥੋੜ੍ਹੇ ਜਿਹੇ ਸਮੇਂ ਲਈ ਥੋੜ੍ਹਾ ਬਹੁਤ ਢਿੱਲਾ ਕਰ ਦੇਗਾ, ਕੀ ਕਰੇਗਾ, ਪੈਸਿਆਂ 'ਚ ਕਮੀ ਕਰ ਦੇਗਾ, ਆਰਥਿਕ ਕਮਜ਼ੋਰੀ ਦੇ ਦੇਗਾ, ਸਦਾ ਲਈ ਤਾਂ ਨਹੀਂ, ਥੋੜ੍ਹੇ ਜਿਹੇ ਸਮੇਂ ਲਈ। ਕੀ ਕਰੇਗਾ, ਘਰ 'ਚ ਵੱਧ ਤੋਂ ਵੱਧ ਕਲੇਸ਼ ਹੀ ਪਵਾ ਦੇਗਾ ਨਾ, ਕਿ ਨਹੀਂ ਜੀ। ਇਹ ਨੇ ਪਹਿਲੀਆਂ ਤਿੰਨ ਕੰਮ ਇਹ ਕਰਨੇ ਆ, ਜਦੋਂ ਆਪਾਂ ਭਗਤੀ ਕਰਨੀ ਸ਼ੁਰੂ ਕਰਦੇ ਹਾਂ, ਅਤੇ ਆਪਾਂ ਇਹਦੀ ਪਰਵਾਹ ਹੀ ਨਹੀਂ ਕਰਨੀ, ਕਰ ਲਾ ਜੋ ਕਰਨਾ। ਫਿਰ ਉਸ ਤੋਂ ਅੱਗੇ ਫਿਰ ਇਹ ਜਦੋਂ ਪਹਿਲਾਂ ਤਾਂ ਐਂ ਚਾਲਾਂ ਚੱਲਦਾ ਨਾ, ਫਿਰ ਇਹ ਸਿੱਧਾ ਵੀ ਟੱਕਰਦਾ ਆਪਾਂ ਨੂੰ, ਸਿੱਧਾ ਜਦੋਂ ਸਿੱਧਾ ਟੱਕਰਦਾ ਤਾਂ ਫਿਰ ਆਪਣੀ ਸੁੰਨ ਦੇ ਵਿੱਚ ਇਹਦੇ ਨਾਲ ਫਿਰ ਫਾਈਟ ਹੁੰਦੀ ਹੈ, ਇਹਦੇ ਨਾਲ ਯੁੱਧ ਹੁੰਦਾ। ਉਹਨੂੰ ਫਿਰ ਕਹਿੰਦੇ ਨੇ ਗਗਨ ਦਮਾਮਾ ਬਾਜਿਓ। ਬਾਬਾ ਕਬੀਰ ਜੀ ਨੇ ਕਿਹੜਾ ਯੁੱਧ ਕੀਤਾ, ਬਾਰੀ ਯੁੱਧ ਕੀਤਾ ਬਾਬਾ ਕਬੀਰ ਜੀ ਨੇ ਕੋਈ ਜੀ? ਨਹੀਂ ਨਾ ਕੀਤਾ, ਅਤੇ ਬਾਬਾ ਕਬੀਰ ਜੀ ਦਾ ਸ਼ਬਦ ਹੈ ਇਹ, ਅਤੇ ਉਹ ਕਿਹੜੇ ਯੁੱਧ ਦੀ ਗੱਲ ਕਰਦੇ ਨੇ। ਗਗਨ ਦਮਾਮਾ ਬਾਜਿਓ ਪਰੇ ਨਿਸ਼ਾਨੇ ਕਾਓ, ਖੇਤ ਜੋ ਮਾਡਿਓ ਸੂਰਮਾ ਅਬ ਜੂਜਨ ਕੁਦਾ, ਸੂਰਾ ਸੋ ਪਹਿਚਾਨੀਏ ਜੋ ਲਰੇ ਦੇਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਅਸੀਂ ਮਾੜੇ ਜਿਹੇ ਸਰੀਰ ਢਿੱਲੇ ਹੋਣ 'ਤੇ ਖੇਤ ਛੱਡ ਦਿਆਂਗੇ, ਮਾੜੇ ਜਿਹੇ ਦੁਨਿਆਵੀ ਕੋਈ ਕਮੀ ਪੇਸ਼ੀ ਆ ਗਈ ਪੈਸਿਆਂ ਦੇ ਵਿੱਚ, ਆਰਥਿਕ ਬਾ ਕਮਜ਼ੋਰ ਹੋ ਗਿਆ, ਤਾਂ ਅਸੀਂ ਖੇਤ ਛੱਡ ਦਿਆਂਗੇ, ਮੈਦਾਨ ਛੱਡ ਦਿਆਂਗੇ? ਨਹੀਂ ਛੱਡਾਂਗੇ ਮੈਦਾਨ, ਜੂਝਾਂਗੇ, ਕੀ ਕਰਾਂਗੇ, ਫਾਈਟ ਕਰਾਂਗੇ। ਅਤੇ ਜਦੋਂ ਫਾਈਟ ਵਾਲਾ ਸਿਮਰਨ ਹੁੰਦਾ, ਯੁੱਧ ਵਾਲਾ, ਫਿਰ ਉਹ ਬੜਾ ਜੋਸ਼ 'ਚ ਹੁੰਦਾ ਹੈ। ਇੱਕ ਸਿਮਰਨ ਹੁੰਦਾ ਸਹਿਜ ਵਿੱਚ, ਉਹ ਵੀ ਮਹਾਰਾਜ ਨੇ ਬਾਣੀ ਦੱਸਿਆ, ਕਹਿੰਦੇ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੇ ਪੁਕਾਰ। ਕਹਿੰਦੇ ਕੀ ਉੱਚੀ ਪੁਕਾਰ ਕਰਦੇ ਹੋ, ਮਾਲਕ ਤਾਂ ਨੇੜੇ ਆ। ਅਤੇ ਜਦੋਂ ਯੁੱਧ ਵਾਲਾ ਸਿਮਰਨ ਹੁੰਦਾ ਤਾਂ ਫਿਰ ਤਾਂ ਉੱਚੀ ਬੋਲਣ ਬਾਰੇ ਵੀ ਕਿਹਾ ਗਿਆ, ਫਿਰ ਆਪਾਂ ਉੱਚੀ ਸਿਮਰਨ ਕਰਦੇ ਹਾਂ, ਪੂਰਾ ਤਾਣ ਲਾ ਕੇ ਸਿਮਰਨ ਕਰਦੇ ਹਾਂ, ਬਿਲਕੁਲ ਵੀ ਕਾਲ ਦਾ ਅਤੇ ਕਾਲ ਦੇ ਦੂਤਾਂ ਦਾ ਸਾਡੇ 'ਤੇ ਵਾਰ ਨਾ ਹੋ ਜਾਵੇ। ਹਰ ਇੱਕ ਵਾਰ ਨੂੰ ਰੋਕੋ, ਵਾਹ ਗੁਰੂ। ਜਿਵੇਂ ਹੁਣ ਮੰਨ ਲਓ ਕਿਸੇ ਨਾਲ ਲੜਾਈ ਹੋ ਜਾਵੇ, ਭੱਜ ਭੱਜ ਕੇ ਘਰ ਦੇ ਮੈਂਬਰ ਕੋਈ ਡਾਂਗ ਸੁੱਟ ਚੁੱਕਣ ਜਾਂਦਾ, ਕੋਈ ਕੁਛ ਜਾਂਦਾ, ਕਿਵੇਂ ਉਹਨਾਂ ਦਾ ਧਿਆਨ ਹੀ ਉੱਧਰ ਹੁੰਦਾ ਨਾ ਸਾਰਿਆਂ ਦਾ, ਐਂ ਹੁੰਦਾ ਨਾ। ਅਤੇ ਇੱਧਰ ਹੁਣ ਯੁੱਧ ਹੋ ਰਿਹਾ ਅਤੇ ਆਪਾਂ ਪੂਰੇ ਐਕਟਿਵ ਹੋ ਕੇ ਵੀ ਕਦੀ ਕੋਈ ਜਿਹੜੀ ਚੀਜ਼ ਆ ਗਈ ਬਾਹਰ ਰੋਕ ਲਓ ਉਹਨਾਂ ਦਾ, ਹੈਂਜੀ, ਫੁਰਨਾ ਆਇਆ ਉਹਨੂੰ ਰੋਕਣਾ। ਗੱਲ ਸਮਝ ਲੱਗੀ ਕਿ ਨਹੀਂ ਜੀ? ਇਸ ਕਰਕੇ ਉਹ ਆਪਾਂ ਜਦੋਂ ਉੱਚੀ ਬੋਲਦੇ ਹਾਂ ਆਪਾਂ ਹਾਵੀ ਹੋ ਰਹੇ ਉਹਨਾਂ 'ਤੇ, ਆਪਣੀ ਚੜ੍ਹਾਈ ਹੈ ਉਹਨਾਂ 'ਤੇ, ਅਤੇ ਜਦੋਂ ਅਸੀਂ ਢਿੱਲੇ ਬਹਿ ਗਏ ਉਹ ਹਾਵੀ ਹੋ ਜਾਣਗੇ, ਫੁਰਨੇ ਆਉਣ ਲੱਗ ਜਾਣਗੇ। ਗੱਲ ਸਮਝ ਲੱਗੀ? ਮਿਲਟਰੀ ਦਾ ਇੱਕ ਅਸੂਲ ਆ, ਫੌਜੀ ਸਿੰਘ ਬੈਠੇ ਮੇਰਾ ਖਿਆਲ ਹੈ ਨਾ ਸੰਗਤ 'ਚ, ਇਹਨਾਂ ਨੂੰ ਪਤਾ ਹੋਏਗਾ ਵੀ, ਕਹਿੰਦੇ ਵੀ ਜਦੋਂ ਮਿਲਟਰੀ ਦੇ ਵਿੱਚ ਕੋਈ ਟ੍ਰੇਨਿੰਗ ਚੱਲਦੀ, ਉਹ ਕਹਿੰਦੇ ਵੀ ਗੱਡੀਆਂ ਦੇ ਬਿਲਕੁਲ ਨਾਲ ਨਾਲ ਜੋੜ ਕੇ ਲੈ ਕੇ ਜਾਣੀਆਂ ਨੇ, ਨਾਲ ਨਾਲ ਵਿੱਚ ਭੋਰਾ ਵੀ ਵਿੱਥ ਨਾ ਰਹਿ ਜੇ, ਹੁੰਦਾ ਨਾ, ਅਤੇ ਕਿਉਂ ਉਹਦੇ ਵਿੱਚ ਕੋਈ ਹਮਲਾਵਰ ਨਾ ਆ ਜੇ ਨਾਲ 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 ਨਾਲ। ਕਿੰਨੀਆਂ ਕਈ ਵਾਰੀ ਆਪਾਂ ਦੇਖਦੇ ਹਾਂ ਮਿਲਟਰੀ ਨਾਲ ਨਾਲ ਲਈ ਜਾਂਦੀ, ਕਿੰਨੀਆਂ ਗੱਡੀਆਂ ਆਉਂਦੀਆਂ ਨੇ, ਵੀ ਬਾਹਰਲਾ ਬੰਦਾ ਕੋਈ ਵਿੱਚ ਨਾ ਵੜ ਜੇ। ਇਸ ਤਰ੍ਹਾਂ ਆਪਾਂ ਮੌਕਾ ਹੀ ਨਾ ਦਈਏ ਵੀ ਵਿੱਚ ਕੋਈ ਵੜ ਜੇ। ਵਾਹੇ ਕਹਿਣ ਸਾਰ ਨਾਲ ਹੀ ਗੁਰੂ, ਵਾਹ ਗੁਰੂ, ਵਾਹ ਗੁਰੂ, ਠੀਕ ਹੈ ਨਾ। ਅਤੇ ਆਪਾਂ ਚੜ੍ਹ ਕੇ ਰਹਿਣਾ ਉੱਪਰ, ਅਤੇ ਪਹਿਲ ਦੇ ਆਧਾਰ 'ਤੇ ਆਪਾਂ ਵਾਰ ਰੋਕਣਾ। ਕੀ ਕਰਨਾ ਹੈ? ਵਾਰ ਕਰਨਾ ਨਹੀਂ, ਵਾਰ ਰੁਕਣਾ, ਠਰੰਮੇ ਦੇ ਨਾਲ ਰੋਕੀ ਜਾਣਾ, ਰੋਕੀ ਜਾਣਾ। ਫਿਰ ਜਦੋਂ ਦਾਲ ਲੱਗਿਆ ਤਾਂ ਫਿਰ ਵਾਰ ਖਾਲੀ ਨਾ ਜਾਏ, ਫਿਰ ਵਾਰ ਖਾਲੀ ਨਾ ਜਾਏ। ਆਓ ਫਿਰ ਆਪਾਂ ਯੁੱਧ ਨੀਤੀ ਵਾਲਾ ਸਿਮਰਨ ਕਰੀਏ।
ਸਲੋ ਹੁੰਦੇ ਤੇਜ਼ ਹੋ ਜਾਣਾ ਹੈ ਨਾ ਜਦੋਂ ਸਾਰੇ ਤੇਜ਼ ਹੋਏ ਤੇਜ਼ ਦਾ ਸਿਮਰਨ ਮੈਂ ਵਿਧੀ ਦੱਸੀ ਆ ਵੀ ਤੇਜ਼ ਬੋਲਣਾ ਨਾ ਉੱਚੀ ਥੋੜ੍ਹਾ ਮੁੱਖ ਥੋੜ੍ਹਾ ਜਿਹਾ ਆਮ ਨਾਲੋਂ ਜ਼ਿਆਦਾ ਖੋਲਿਆ ਕਰੋ ਵਾਹੇ ਕਹਿਣ ਸਰ ਵਾਹ ਗੁਰੂ ਫਿਰ ਤੇਜ਼ ਆਵਾਜ਼ ਨਿਕਲਦੀ ਹੈ ਠੀਕ ਹੈ ਅਤੇ ਸੁਣਨੀ ਆਪੋ ਆਪਣੀ ਆਵਾਜ਼ ਮੈਂ ਇੱਥੋਂ ਬੋਲ ਕੇ ਆਪਦੇ ਕੰਨਾਂ ਸੁਣਾਂਗਾ ਤੁਸੀਂ ਵੀ ਆਪੋ ਆਪਣੇ ਮੁੱਖ 'ਚੋਂ ਬੋਲ ਕੇ ਕੰਨਾਂ ਨਾਲ ਸੁਣਨਾ ਹਾਂਜੀ ਕਰ ਲਓ ਨੇਤਰ ਬੰਦ ਜੀ ਕਰੋ ਸ਼ੁਰੂ ਵਾਹ ਗੁਰੂ 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 ਵਾਹ
Wow.
ਸਾਇਲੈਂਟ ਹੋ ਕੇ ਧਿਆਨ 'ਚ ਬਹਿ ਜਾਓ ਫਟਾਫਟ। ਨਾ ਮਾਤਰ ਅੱਖਾਂ ਦੇ ਨੇੜੇ ਦੇਖਣਾ, ਸਾਰੀਆਂ ਅੱਖਾਂ ਖੋਲ੍ਹ ਕੇ ਸਾਹਮਣੇ ਨਹੀਂ ਦੇਖਣਾ, ਬਿਲਕੁਲ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਦੇਖੋ। ਇੱਥੇ ਦੇਖੀ ਜਾਓ, ਇੱਥੇ ਦੇਖਣਾ, ਅੱਖਾਂ ਹੋਰ ਖੋਲ੍ਹੋ, ਪਲਕਾਂ ਹੋਰ ਖੋਲ੍ਹੋ, ਹੌਲੀ 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 ਸਾਰੀਆਂ ਪਲਕਾਂ ਖੋਲ੍ਹ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਹੁਣ ਆਪਾਂ ਸਿਮਰਨ ਕੀਤਾ ਸੀ, ਇਹ ਆਪਾਂ ਯੁੱਧ ਨੀਤੀ ਦਾ ਸਿਮਰਨ ਕੀਤਾ ਸੀ। ਜਦੋਂ ਆਪਾਂ ਸਿਮਰਨ ਤੋਂ ਬਾਅਦ ਸਾਇਲੈਂਟ ਹੋ ਕੇ ਬੈਠੇ ਹਾਂ, ਉਸ ਤੋਂ ਬਾਅਦ ਸਮੇਂ ਦੇ ਮੁਤਾਬਕ ਫਤਿਹ ਬੁਲਾਉਣੀ ਪੈਂਦੀ। ਜੀ ਨਹੀਂ ਕਰਦਾ ਕਿਸੇ ਦਾ ਉੱਠਣ ਨੂੰ, ਕਰਦਾ ਸੀ ਉੱਠਣ ਨੂੰ ਜੀ, ਤੁਹਾਡੇ 'ਚੋਂ ਕਈਆਂ ਦਾ ਆ ਗਿਆ ਵੀ ਫਤਿਹ ਨਾ ਹੀ ਬੁਲਾਉਣ ਤਾਂ ਚੰਗਾ। ਹਾਂਜੀ, ਅਤੇ ਹਾਂਜੀ, ਗੁਰਮੁਖ ਪਿਆਰਿਓ, ਇੱਥੇ ਹੁਣ ਸਮਾਪਤੀ ਕਰਦੇ ਹਾਂ ਜੀ। ਵਿਚਾਰ ਕਰਦਿਆਂ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ, ਕੋਈ ਸ਼ਬਦ ਅੱਗੇ ਪਿੱਛੇ ਹੋ ਜਾਂਦਾ, ਬੋਲਿਆ ਜਾਂਦਾ। ਸੰਗਤ ਅਤੇ ਗੁਰੂ ਬਖਸ਼ਣਯੋਗ ਹੁੰਦੇ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।